ਭੰਜਨ ਅਗ ਦੁਖ ਨਾਸ ਮਨ ਅਰਾਧ ਸੰਤ ਸੰਗ ਜੈ ਬਸਿਓ ਨਾਨਕ ਪ੍ਰੇਰਨਾ ਭਵੇ ਹੋਈ ਪਰਮਾ ਧਰਮ ਮਿਟਾ ਹੋਇਆ ਕਿਆ ਸੰਸਾਰ ਸਗਲ ਕੈ ਸੁਪਨਾ ਪਰਮੇਸ਼ਵਰ ਦੇਵੀ ਦੇਵਾ ਪਰਮੇ ਸਿਵ ਸਾਧਿਕੁੰਦਾਂ ਦੇਵਾ ਪਰਮ ਪਰਮ ਮਾਨੁਖ ਦਇਕਾਰੇ ਉਪਰ ਮਹਾਂ ਵਿਕਮ ਏ ਪਾਰੇ ਜੋਰ ਮੁਖ ਪਰਮ ਪੈ ਨੋ ਮਿਟਾਇਆ ਨਾਨਕ ਨੇ ਪਰਮ ਸੁਖ ਪਾਇਆ ਹੋਰ ਪ੍ਰਾਣੀ ਪਾਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਦੁਆਰਾ ਬਚਨ ਪੜ੍ਹਿਆ ਤੇਰੇ ਨਾਲ ਅਗਲੀ ਗੱਲ ਕਰੇ ਇਸ ਗੱਲ ਤੇ ਵਿਸ਼ਵਾਸ ਜੋ ਮਾਲਕ ਹੈ ਤੈਨੂੰ ਚੰਗਾ ਲੱਗਦਾ ਮੈਂ ਉਹਦੇ ਚ ਖੁਸ਼ ਹਾਂ ਇਹਦਾ ਮਤਲਬ ਇਹ ਹੈ ਵੀ ਮੈਂ ਪੜ੍ਹ ਕੁਝ ਭੋਗ ਰਿਹਾ ਕਰ ਮੈਂ ਕੁਝ ਭੋਗ ਇਹਦਾ ਮਤਲਬ ਇਹ ਹੈ ਮੇਰੇ ਅੰਦਰ ਕੁਝ ਹੋਰ ਹੈ ਪਾਲ ਕੁਝ ਭੋਗ ਪਹਿਰਾਵੇ ਤੋਂ ਮੈਂ ਬੜਾ ਵਧੀਆ ਲੱਗਦਾ ਪਰ ਅੰਦਰ ਮੇਰੇ ਮੈਲ ਹੈ ਅਜਿਹਾ ਵਿਅਕਤੀ ਕਦੇ ਵੀ ਸੁਖੀ ਨਹੀਂ ਹੋ ਸਕਦਾ ਕਦੇ ਵੀ ਖਿਆਲ ਸੱਚ ਤੁਸੀਂ ਬੋਲੋਗੇ ਨਾ ਹਜ਼ਾਰ ਵਾਰੀ ਬੋਲੋ ਬਦਲਣਾ ਨਹੀਂ ਪਏਗਾ ਝੂਠ ਇੱਕ ਵਾਰੀ ਬੋਲਤਾ ਮੁੜ ਮੁੜ ਕੇ ਬਦਲਣਾ ਪਏਗਾ ਬਦਲਣਾ ਪਏਗਾ ਹੁਣ ਅਸੀਂ ਪੜ੍ਹ ਰਹੇ ਹਾਂ ਵੀ ਪਾਤਸ਼ਾਹ ਜੋ ਤੁਧ ਭਾਵੈ ਸਾਈ ਭਲੀ ਕਾ ਜੋ ਤੈਨੂੰ ਭਾਉਂਦਾ ਨਾ ਮੈਨੂੰ ਪਸੰਦ ਹੈ ਪਰ ਇਹ ਜੀਵਨ ਜਿਉਣਾ ਹੈ ਔਖਾ ਸਾਡੇ ਵਾਸਤੇ ਇਹ ਜੀਵਨ ਉਹ ਲੋਕ ਜਿਉਂਦੇ ਨੇ ਜਿਹੜੇ ਆਪਣੇ ਆਪ ਨੂੰ ਮਾਲਕ ਦੀ ਸਮਰਪਿਤ ਕਰਦੇ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਸਾਹਿਬਾਨ ਦੀ ਬਾਣੀ
ਸਾਨੂੰ ਔਖੇ ਰਾਹ ਨਹੀਂ ਬਣਾਉਂਦੀ, ਸੌਖੇ ਰਾਹ ਹੋਵੇ ਗੁਰੂ ਕਿ ਜੀਵਨ ਜੀਵਿਆ ਜਾ ਸਕਦਾ ਹੈ। ਔਰ ਇਹ ਜੀਵਨ ਅਸੀਂ ਕਈ ਵਾਰ ਜੀਵਿਆ ਵੀ ਹੈ, ਜਿਹੜਾ ਜੋਤ ਭਾਵ ਹੈ ਸਾਈ ਪਲੀ ਕਾਰ ਵਾਲਾ ਜੀਵਨ ਅਸੀਂ ਬੜੀ ਵਾਰ ਜੀਵਿਆ ਪਰ ਸਾਨੂੰ ਯਾਦ ਨਹੀਂ। ਪਰ ਮੈਂ ਯਾਦ ਕਰਵਾ ਦਿੰਦਾ, ਹਾਲਾਂਕਿ ਮੈਂ ਤਾਂ ਕਦੇ ਤੁਹਾਡੇ ਨਾਲ ਗਿਆ ਵੀ ਹੈ, ਕਈਆਂ ਵਿੱਚ ਤਾਂ ਹਾਲੇ ਤੱਕ ਮੇਰੀ ਫਤਿਹ ਵੀ ਸਾਂਝੀ ਨਹੀਂ ਹੈ, ਪਰ ਮੈਂ ਯਾਦ ਕਰਵਾ ਸਕਦਾ। ਤੁਸੀਂ ਕਦੇ ਪ੍ਰਾਹੁਣੇ ਬਣ ਕੇ ਗਏ ਹੋ, ਅਕਸਰ ਜਾਣਾ ਪੈਂਦਾ, ਕੋਈ ਨਹੀਂ ਮਨਾ ਕਰ ਸਕਦਾ ਵੀ ਮੈਂ ਪ੍ਰਾਹੁਣਾ ਬਣ ਕੇ ਗਿਆ। ਜਦੋਂ ਅਸੀਂ ਪ੍ਰਾਹੁਣਾ ਬਣ ਕੇ ਗਏ ਕਿਸੇ ਦੇ ਵੀ ਘਰ ਰਿਸ਼ਤੇਦਾਰ ਦੇ, ਉੱਥੇ ਜਾ ਕੇ ਉਹਨਾਂ ਨੇ ਜੋ ਬਣਾਇਆ ਖਾ ਲਿਆ, ਕਿ ਇਹ ਤਾਂ ਕੋਈ ਨਕਰਾ, ਜਿੱਥੇ ਅਗਲੇ ਨੇ ਸਵਾਇਆ ਸੋਗੇ ਰਾਹ ਦੀ ਕੱਢਣੀ ਆ ਚਿੰਤਾ। ਜੇ ਜਗ੍ਹਾ ਘੱਟ ਹੈ ਤਾਂ ਕੀ ਕਹਿੰਦੇ ਆ ਉਹ ਜਿਹੜਾ। ਹੁਣ ਘਰਦਿਆਂ ਦੀ ਇਹ ਤਮੰਨਾ ਹੁੰਦੀ ਹੈ ਵੀ ਅਗਲਾ ਪ੍ਰਾਹੁਣਾ ਆਇਆ, ਅਸੀਂ ਭਾਵੇਂ ਪੁੰਜੇ ਸੁੰਗੇ, ਇਹਨੂੰ ਤਾਂ ਘੱਟੋ ਘੱਟ ਮੰਜਾ ਜਾਂ ਬੈਠ ਮਿਲੇ। ਉੱਥੇ ਜਾ ਕੇ ਕੋਈ ਨਖਰਾ ਨਹੀਂ, ਜਿਵੇਂ ਦਾ ਉਹਨਾਂ ਨੇ ਤੇਲ ਲਗਾਉਣ ਵਾਸਤੇ ਦੇ ਤਾ, ਜਿਵੇਂ ਦਾ ਸਾਬਣ ਦੇ ਤਾ, ਜਿਵੇਂ ਦੀ ਪੇਸਟ ਮਿਲ ਗਈ, ਜਿਵੇਂ ਦਾ ਖਾਣਾ ਮਿਲ ਗਿਆ, ਜਿਵੇਂ ਦਾ ਰਹਿਣ ਨੂੰ ਥਾਂ ਮਿਲ ਗਿਆ, ਸਾਡੇ ਮੂੰਹ ਪਤਾ ਕੀ ਨਿਕਲਦਾ, ਬਹੁਤ ਵਧੀਆ ਜੀ, ਕਮਾਲ ਹੈ। ਤੇ ਜਦੋਂ ਅਸੀਂ ਮੁੜ ਕੇ ਘਰ ਆਏ ਉਹ ਸਾਰੀਆਂ ਚੀਜ਼ਾਂ ਉੱਥੇ ਰਹਿ ਗਈਆਂ ਕਿਤੇ। ਅੱਛਾ ਹੁਣ ਉਹ ਸਾਡੇ ਘਰ ਆ ਗਏ, ਉਹ ਸਾਡੇ ਘਰ ਆ ਕੇ ਸਾਡੀਆਂ ਸਿਫਤਾਂ ਕਰਦੇ ਵੀ ਤੁਹਾਡਾ ਤੇ ਮੁੰਡਾ, ਤੁਹਾਡੀ ਤੇ ਕੁੜੀ, ਬੜੇ ਸਿਆਣੇ ਬੱਚੇ ਤੁਹਾਡੇ। ਤੇ ਘਰ ਦੇ ਕਹਿੰਦੇ ਸਾਨੂੰ ਪੁੱਛ ਕੇ ਵੇਖੋ ਦੁਗਲਾ ਜੀਵਨ ਚੱਲ ਰਿਹਾ। ਮਾਲਕ ਕਹਿੰਦੇ ਜੇ ਤੂੰ ਸੁਖੀ ਰਹਿਣਾ ਤੂੰ ਹਰ ਥਾਂ ਤੇ ਸਮਾਜ ਵਿੱਚ ਘਰ ਦੇ ਵਿੱਚ ਇੱਕ ਪ੍ਰਾਹੁਣੇ ਦੀ ਤਰ੍ਹਾਂ ਰਹਿਣਾ ਸਿੱਖ। ਪ੍ਰਾਹੁਣੇ ਨੂੰ ਕੋਈ ਕਿਹਦਾ ਸ਼ਿਕਵਾ ਨਹੀਂ ਹੈ ਕਿ ਮੈਨੂੰ ਕੀ ਖਾਣ ਨੂੰ ਦਿੱਤਾ, ਕਿਤੇ ਸੌਣ ਨੂੰ ਦਿੱਤਾ, ਹੈ ਨਾ। ਅੱਛਾ ਦੇਰ ਵੀ ਹੋ ਗਈ ਤਾਂ ਕੋਈ ਪਰਵਾਹ ਨਹੀਂ, ਡਿਲੀਵਰੀ ਹੁੰਦੀ ਹੈ ਨਾ, ਦੇਰ ਹੋ ਜਾਂਦੀ ਹੈ ਅਤੇ ਅਸੀਂ ਘਰ ਤਾਂ ਦੇਰ ਹੋ ਕੰਮ ਕਰਦੇ, ਦੇਰ ਕਰਕੇ ਦਿਖਾਉਣ ਨਾ, ਘਰ ਦੇ ਦੇਰ ਕਾਰਨ ਘਰ ਸਿਰ 'ਤੇ ਚੁੱਕ ਲੈਂਦੇ ਹਾਂ। ਅਤੇ ਜੇ ਪ੍ਰਾਹੁਣੇ ਬਣ ਕੇ ਗਏ ਉੱਥੇ ਅਗਲੇ ਨੇ ਜੇ ਕਿਤੇ ਰਾਤ ਨੂੰ 11 ਵੀ ਵਜਾ ਤੇ ਨਾ ਬਣਾਉਣ ਲੱਗੇ ਆ, ਫਿਰ ਵੀ ਕਹਿੰਦੇ ਕੋਈ ਨਹੀਂ ਕੋਈ ਨਹੀਂ ਆਰਾਮ ਨਾਲ ਬਣਾਓ, ਕੀ ਗੱਲ ਹੋਈ। ਤਾਂ ਬੇਨਤੀ ਇਹ ਹੈ ਜੀ, ਕਈ ਵਾਰ ਅਸੀਂ ਉਹ ਜੀਵਨ ਜੀਵੇ ਹੈ ਜੋ ਤਦ ਭਾਵ ਹੈ ਸਾਈ ਭਲੀ ਕਰ, ਜੋ ਤੈਨੂੰ ਘਾਉਂਦਾ ਉੱਥੇ ਮੇਰੀ ਵੀ ਚੰਗੀ, ਪਰ ਉਨਾ ਕੁ ਸਮਾਂ ਜੀਵੇ ਆ ਜਿੰਨਾ ਸਮਾਂ ਅਸੀਂ ਪ੍ਰਾਹੁਣੇ ਬਣ ਕੇ ਰਹੇ। ਹੁਣ ਤੁਸੀਂ ਕਦੇ ਵੇਖੋ ਵੀ ਉਹ ਜੀਵਨ ਕਿੰਨਾ ਆਨੰਦਮਈ ਹੈ ਜਿੱਥੇ ਕੋਈ ਗਿਲਾ ਸ਼ਿਕਵਾ ਨਹੀਂ, ਜੋ ਉਹਨਾਂ ਨੇ ਪਿਆਰ ਨਾਲ ਬਣਾਇਆ ਖਾ ਲਿਆ, ਜਿੱਥੇ ਪਿਆਰ ਨਾਲ ਸੁਆਇਆ ਸੋ ਗਏ, ਜਿੰਨੀਆਂ ਕੁ ਉਹਨਾਂ ਨੇ ਪਿਆਰ ਦੇ ਨਾਲ ਗੱਲਾਂ ਬਾਤਾਂ ਸਮਾਂ ਕੱਢ ਕੇ ਕੀਤੀਆਂ ਕਰ ਲਈਆਂ। ਜਦੋਂ ਘਰ ਦੇ ਬੂਹੇ ਅੰਦਰ ਵੜਦੇ ਆ ਫਿਰ ਸਾਡਾ ਪਿਆਰ ਪਤਾ ਨਹੀਂ ਕਿੱਥੇ ਗਿਆ, ਹੋ ਜਾਂਦਾ ਘਰ ਦੇ ਪਿਆਰ ਨਾਲ ਨਹੀਂ ਬਣਾਉਂਦੇ, ਜਾਂ ਘਰ ਦੇ ਪਿਆਰ ਨਾਲ ਨਹੀਂ ਖਾਂਦੇ, ਜਾਂ ਘਰ ਦੇ ਪਿਆਰ ਨਾਲ ਨਹੀਂ ਬੋਲਦੇ, ਨਹੀਂ ਘਰ ਦੇ ਪਿਆਰ ਨਾਲ ਹੀ ਬਣਾਉਂਦੇ ਆ, ਪਿਆਰ ਨਾਲ ਹੀ ਖਵਾਉਂਦੇ ਨੇ, ਪਿਆਰ ਨਾਲ ਹੀ ਬੋਲਦੇ ਆ, ਪਰ ਮੇਰਾ ਉਹਨਾਂ ਨਾਲ ਵਰਤਾਵ ਚੰਗਾ ਨਹੀਂ ਹੁੰਦਾ। ਸਾਡੇ ਹੁਣ ਤੱਕ ਅਸੀਂ ਜਿੰਨਾ ਜੀਵਨ ਜੀਵੇ ਹੈ ਕੋਈ ਇੱਕ ਦਿਨ ਵੀ ਐਸਾ ਹੈ ਜਿਸ ਦਿਨ ਮੈਂ ਉਲਾਂਭਾ ਨਾ ਦਿੱਤਾ ਹੋਵੇ ਕਿਸੇ ਨੂੰ, ਘਰਦਿਆਂ ਨੂੰ ਉਲਾਂਭਾ ਨਾ ਦਿੱਤਾ ਹੋਵੇ,
ਰੱਬ ਨੂੰ ਨਾ ਦਿੱਤਾ ਹੋਵੇ, ਕਿਸੇ ਦੋਸਤ ਮਿੱਤਰ ਨੂੰ ਨਾ ਦਿੱਤਾ ਹੋਵੇ, ਸੁਲਾਭਾ ਦੇਣਾ ਮੇਰਾ ਸੁਭਾਅ ਹੈ। ਮਨ ਕੀਤਾ ਨਹੀਂ ਜੀਆ ਨਹੀਂ ਬਣਾਇਆ ਜੀ, ਤੁਸੀਂ ਕਿਹਾ ਸੀ ਮੈਂ ਕਰੂੰਗਾ। ਇੱਕ ਵਿਅਕਤੀ ਹੈ ਜਿਹਨੇ ਕਦੇ ਉਲਾਭਾ ਨਹੀਂ ਦਿੱਤਾ, ਤੇ ਉਹ ਵਿਅਕਤੀ ਪਤਾ ਕੌਣ ਹੈ? ਧੰਨ ਗੁਰੂ ਅਰਜਨ ਸਾਹਿਬ। ਉਲਾਹ ਨੋ ਮੈਂ ਕਾਹੂ ਨਾ ਦੇ, ਮਾਲਕ ਜੀ ਮੇਰੇ ਵੱਲੋਂ ਤੁਹਾਨੂੰ ਕੋਈ ਉਲਾਭਾ ਨਹੀਂ ਹੈ, ਮੇਰੇ ਰਾਮ ਰਾਏ ਜਿਉਂ ਰੱਖ ਹੈ ਤਿਉਂ ਰਹੀ ਹੈ, ਜਿਵੇਂ ਤੂੰ ਰੱਖੇ ਹੈ ਮੈਂ ਮੇਰੇ ਨੂੰ ਪਿਆਰ ਰਾਜੀ ਰਜਾ ਦੇ ਵਿੱਚ, ਤੇ ਜਿਹੜੇ ਰਜਾ ਦੇ ਵਿੱਚ ਰਾਜੀ ਰਹਿੰਦੇ ਨੇ ਉਹਨਾਂ ਦਾ ਜੀਵਨ ਖੇੜੇ 'ਚ ਰਹਿੰਦਾ, ਆਨੰਦ ਵਿੱਚ ਰਹਿੰਦਾ, ਵਿਕਾਸ ਵਿੱਚ ਰਹਿੰਦਾ। ਕੋਸ਼ਿਸ਼ ਕਰਿਆ ਕਰੀਏ ਕਿਹੜੀ ਗੱਲ ਨੂੰ ਲੈ ਕੇ, ਜੋ ਤੁਜ ਭਾਵ ਹੈ ਸਾਈ ਫਲੇਗਾ। ਚੰਗੀਆਂ ਗੱਲਾਂ ਜਿਹੜੀਆਂ ਨੇ ਦਾਤੇ ਦੀਆਂ ਨੇ, ਮਾੜੀਆਂ ਮੇਰੀਆਂ ਆਪਣੀਆਂ। ਪਰ ਖਿਆਲ ਕਰਨਾ ਜੇ ਅਸੀਂ ਮਾੜਾ ਵੀ ਕਰਦੇ ਹਾਂ ਨਾ, ਮਾਂ ਬਾਪ ਝਿੜਕਦਾ ਹੈ ਪਰ ਸਮਝਾਉਂਦਾ ਹੈ ਅੱਗੇ ਤੋਂ ਧਿਆਨ, ਮਾਲਕ ਵੀ ਐਸਾ ਹੀ ਕਰ। ਪਰ ਜੇ ਹੁਣ ਮੈਂ ਹਟਾ ਹੀ ਨਾ ਮਾੜੇ ਪਾਸੇ ਜਾਣ, ਫਿਰ ਕਈ ਵਾਰੀ ਮਾਂ ਬਾਪ ਵੀ ਛੱਡ ਦਿੱਤਾ ਵੀ ਇਹਦੇ ਹੁਣ ਸੁਧਰਨ ਦੇ ਕੋਈ ਚਾਂਸ ਨਹੀਂ ਹੈ, ਜੇ ਵੀ ਸੁਧਰਨਾ ਹੀ ਨਹੀਂ ਹੈ। ਤੋ ਆਪ ਜੀ ਨੇ ਬਚਨ ਸੁਣਿਆ ਮੇਰੇ ਰਾਮ ਰਾਏ ਜਿਉਂ ਰੱਖ ਹੈ ਤਿਉਂ ਰਹੀ ਹੈ, ਇਹਦੇ ਸੰਬੰਧ ਵਿੱਚ ਮੈਂ ਬੇਨਤੀ ਕੀਤੀ ਵੀ ਕਈ ਵਾਰੀ ਆਪਾਂ ਰਹੇ ਹਾਂ ਪਰ ਸਾਨੂੰ ਧਿਆਨ ਨਹੀਂ। ਪਰ ਹੁਣ ਸਾਨੂੰ ਪਤਾ ਲੱਗ ਗਿਆ ਵੀ ਜਦੋਂ ਵੀ ਅਸੀਂ ਪੁਰਾਣੇ ਬਣ ਕੇ ਜਾਂਦੇ ਹਾਂ, ਅਗਲਿਆਂ ਦੀ ਮਰਜ਼ੀ ਦੇ ਮੁਤਾਬਕ ਖਾਂਦੇ ਹਾਂ, ਸੁਣਦੇ ਹਾਂ, ਸਾਰੇ ਕੰਮ ਅਗਲਿਆਂ ਦੀ ਮਰਜ਼ੀ ਮੁਤਾਬਕ ਕਰਦੇ ਹਾਂ, ਜੇ ਸਾਨੂੰ ਕੁਛ ਵੀ ਲੈਣ ਆਮੀ ਕਾਕਾ ਕੀ ਖਾਣਾ ਫਿਰ ਬਣਾ ਲਓ ਚੋਣ ਦੀ, ਹਾਲਾਂਕਿ ਕੋਸ਼ਿਸ਼ ਹੁੰਦੀ ਵੀ ਕਹਿ ਰਹੇ ਹਾਂ ਛੱਡ ਪਰ ਕੀ ਕਹਿਣਾ, ਜੋ ਮਰਜ਼ੀ ਬਣਾਓ ਜੀ, ਤੁਸੀਂ ਸਭ ਕੁਛ ਖਾ ਲੈਣਾ ਮਹਾਰਾਜ, ਤੂੰ ਜੋ ਮਰਜ਼ੀ ਦਾਲ ਫੁਲਕਾ ਬਣਾਉਣ ਛੱਡ ਲਾ। ਘਰ ਦੇ ਵਿੱਚ ਜੇ ਮਾਂ ਪੁੱਛ ਲੈ ਕਿਤੇ ਹਾਂ ਵੀ ਪੁੱਤ ਕੀ ਖਾਣਾ, ਪੁੱਤ ਦੀਆਂ ਲਿਸਟਾਂ ਇੰਨੀਆਂ ਲੰਬੀਆਂ ਹੁੰਦੀਆਂ ਨੇ, ਮਾਂ ਵੀ ਵਿਚਾਰੀ ਸੋਚਣ ਪਈ ਹੁੰਦੀ ਹੁਣ ਕੀ ਬਣਾਵਾਂ ਤੇ ਕੀ ਨਾ। ਕੀਰਤਨ ਉਪਰੰਤ ਆਪ ਜੀ ਨੇ ਅੱਜ 44ਵੀਂ ਪੌੜੀ ਦਾ ਪਾਠ ਸਲੋਕ ਸਮੇਤ ਸਰਵਣੀ ਕੀਤੀ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਅੱਜ ਦੀ ਇਸ ਪੌੜੀ ਦੇ ਸਲੋਕ ਦੁਆਰਾ ਸਾਨੂੰ ਆਪਣੇ ਜੀਵਨ ਵਿੱਚੋਂ ਭਰਮ ਦੂਰ ਕਰਨ ਵਾਸਤੇ ਸੁਨੇਹਾ ਦਿੰਦੇ, ਆਪਣੇ ਅੰਦਰੋਂ ਡਰ ਦੂਰ ਕਰਨ ਦਾ ਸੁਨੇਹਾ ਦਿੰਦੇ। ਹੁਣ ਸਾਡੇ ਅੰਦਰੋਂ ਭਰਮ ਕਿਵੇਂ ਦੂਰ ਹੋਣਾ, ਡਰ ਕਿਵੇਂ ਦੂਰ ਹੋਣਾ, ਹਜ਼ੂਰ ਨੇ ਫਰਮਾਨ ਕੀਤਾ ਪੈ ਗਈ ਹੈ ਡਰ ਭੰਜਣ ਗਈ ਹੈ, ਭੰਨਣ ਵਾਲਾ ਡਰ ਕੱਢਣ ਵਾਲਾ, ਪੈ ਪੰਜਾਨਾ ਦੁੱਖ ਨਾਸ ਮਨੈ ਅਰਾਧ ਖਰੇ। ਇੱਕ ਤੇ ਦੇਖੋ ਸਾਡੇ ਅੰਦਰੋਂ ਡਰ ਕੱਢਣ ਵਾਲਾ, ਤੇ ਦੂਸਰਾ ਪਾਤਸ਼ਾਹ ਨੇ ਵਚਨ ਕੀਤਾ ਅੱਗ ਕਹੀਏ ਪਾਪ, ਪਾਪਾਂ ਦਾ ਨਾਸ਼ ਕਰਨ ਵਾਲਾ, ਦੁੱਖਾਂ ਦਾ ਨਾਸ਼ ਕਰਨ ਵਾਲਾ ਕੌਣ ਹੈ? ਪਰਮੇਸ਼ਰ ਦਾ ਨਾਮ। ਜੇ ਮੈਂ ਸੁੱਕੇ ਸ਼ਬਦਾਂ ਚ ਕਵਾਂ ਤੇ ਬਾਣੀ ਸਾਡੇ ਅੰਦਰੋਂ ਡਰ ਵੀ ਕੱਢਦੀ ਹੈ,
ਤੇ ਬਾਣੀ ਸਾਡੇ ਅੰਦਰੋਂ ਦੁੱਖਾਂ ਦਾ ਨਾਸ਼ ਵੀ ਕਰਦੀ ਹੈ। ਪਰ ਜੇ ਅਸੀਂ ਬਾਣੀ ਨੂੰ ਮਨੈ ਅਰਾਧ ਕਰੇ, ਜੇ ਅਸੀਂ ਬਾਣੀ ਨੂੰ ਪੜ੍ਹਨਾ ਸ਼ੁਰੂ ਕਰ ਦਈਏ, ਜੇ ਅਸੀਂ ਬਾਣੀ ਨੂੰ ਸਮਝਣਾ ਸ਼ੁਰੂ ਕਰ ਦਈਏ, ਜੇ ਅਸੀਂ ਬਾਣੀ ਦੇ ਮੁਤਾਬਕ ਤੁਰਨਾ ਸ਼ੁਰੂ ਕਰ ਦਈਏ। ਮੈਂ ਛੋਟੀ ਜਿਹੀ ਘਟਨਾ ਸਾਂਝੀ ਕਰਾਂ। ਟੂਣਿਆਂ ਤੋਂ ਅਸੀਂ ਬੜਾ ਡਰਦੇ, ਆਈ ਟੂਣਾ ਕਰਦਾ, ਖਾਸ ਕਰਕੇ ਜਿਸ ਧੀ ਪੁੱਤ ਦਾ ਵਿਆਹ ਰੱਖਿਆ ਹੋਵੇ ਉਹਦੇ ਘਰ ਦੇ ਕੋਈ ਅੱਗੇ ਕੋਈ ਟੂਣਾ ਕਰਦੇ, ਜਾਨ ਨਿਕਲ ਜਾਂਦੀ ਹੈ। ਇੱਥੇ ਇੱਕ ਨੌਜਵਾਨ ਆਉਂਦਾ ਸੀ, ਕਹਿੰਦਾ ਭਾਈ ਸਾਹਿਬ ਕੁਝ ਦਿਨ ਬਾਅਦ ਮੇਰਾ ਵਿਆਹ ਹੈ। ਮੈਂ ਕਿਹਾ ਮੁਬਾਰਕ ਆ ਭਾਈ, ਹੁਣ ਮੈਂ ਮੁਬਾਰਕ ਦੇ ਰਿਹਾ ਪਰ ਉਹ ਖੁਸ਼ੀ ਨਾਲ ਲੈ ਨਹੀਂ ਰਿਹਾ। ਮੈਂ ਕਿਹਾ ਗੱਲ ਕੀ ਹੈ? ਕਹਿੰਦਾ ਮੇਰੇ ਨਾ ਇੱਥੇ ਮੈਂ ਪੀਜੀ ਰਹਿੰਦਾ ਅਤੇ ਮੇਰੇ ਕਮਰੇ ਦੇ ਬਾਹਰ ਕਿਸੇ ਨੇ ਟੂਣਾ ਕੀਤਾ ਹੋਇਆ। ਮੈਂ ਘਰ ਕਹਿੰਦਾ ਵੀ ਗੱਲ ਕੀ ਕੀ, ਮਸਲਾ ਬੜਾ ਗੰਭੀਰ ਹੈ। ਮੈਂ ਕਿਹਾ ਜੀ ਕੀ ਗੰਭੀਰ ਹੈ? ਸਮਾਨ ਇਕੱਠਾ ਕਰਤੇ ਗੋਲੀ ਦਾ ਸ਼ੁਰੂ ਕਰ। ਕਹਿੰਦਾ ਮਾਮਾ ਮੈਨੂੰ ਤਾਂ ਘਰ ਦੇ ਕਹਿੰਦੇ ਹੱਥ ਨਹੀਂ ਲਾਉਣਾ। ਅੱਛਾ, ਮੈਂ ਕਿਹਾ ਤੂੰ ਆਪਣਾ ਕੰਮ ਕਰ, ਐਡਰੈਸ ਦੇ, ਸਮਾਪਤੀ ਤੋਂ ਬਾਅਦ ਨੂੰ ਮਿਲ। ਚਲੋ ਸਮਾਪਤੀ ਹੋਈ, ਉਹਨੂੰ ਫੋਨ ਕੀਤਾ, ਜਾ ਪਹੁੰਚੇ ਮਾਰਕੀਟ, ਪਾਰਕਿੰਗ ਦੇ ਅੰਦਰ ਆਪਣਾ ਸਾਧਨ ਖੜਾ ਕੀਤਾ। ਮੈਨੂੰ ਲੈ ਕੇ ਜਦੋਂ ਪੌੜੀਆਂ ਚੜ੍ਹੇ ਨਾ ਜੀ, ਉਹਦੇ ਤਿੰਨ ਦਰਵਾਜ਼ੇ ਸੀ, ਕਿੱਧਰ ਸੀ, ਕਿੱਧਰ ਸੀ, ਕਿੱਧਰ ਸੀ, ਉਹ ਦਰਵਾਜ਼ੇ ਅੱਗੇ ਉਹਨਾਂ ਨੇ ਇੱਥੇ ਸੁਰਖੀ ਬਿੰਦੀ ਸੰਦੂਰ ਚੂੜੀਆਂ ਕੱਚੇ ਲੱਦ ਸਮਾਨ ਰੱਖਿਆ ਹੋਇਆ ਸੀ ਅਤੇ ਲਾਲ ਕੱਪੜਾ ਰੱਖਿਆ ਹੋਇਆ ਸੀ। ਮੈਂ ਇੱਕ ਲਫਾਫਾ ਲਿਆ, ਮੈਂ ਸਾਰਾ ਸਮਾਨ ਸਮੇਟਿਆ, ਲਫਾਫੇ 'ਚ ਪਾਇਆ। ਮੈਂ ਕਿਹਾ ਚੱਲ ਠੀਕ ਹੈ, ਚੱਲਦਾ। ਉਹ ਸਾਰਾ ਵਿਆਹ ਕੇ ਮੈਂ ਡਸਟਬਿਨ ਸੁੱਕਿਆ ਦੇਖ ਕੇ ਅਤੇ ਮਾਰ ਕੇ ਆਪਣਾ ਘਰ ਦਿੰਦਾ। ਸਭ ਤੋਂ ਪਹਿਲਾਂ ਪਤਾ ਲੱਗਦਾ ਕੌਣ ਹੈ? ਮਨ ਲੱਗਦਾ। ਬਾਬੇ ਕਬੀਰ ਦਾ ਇੱਕ ਬਚਨ, ਬਾਬਾ ਕਬੀਰ ਕਹਿੰਦੇ ਨੇ, ਮਨ ਨਾ ਡਰੈ ਤਨਕਾਹੀ ਕੋ ਡਰਾਏ। ਮੇਰਾ ਮਨ ਨਹੀਂ ਡਰਦਾ, ਜਦੋਂ ਮਨ ਨਹੀਂ ਡਰਦਾ ਫਿਰ ਤਨ ਵੀ ਨਹੀਂ ਡਰਦਾ। ਕਿਆ ਤਾਂ ਮਨ ਨੀ ਡਰਦਾ, ਤਨ ਵੀ ਨੀ ਡਰਦਾ। ਅਗਲੇ ਕਹਿੰਦੇ ਕਬੀਰ ਤੇਰਾ ਮਨ ਕਿਉਂ ਨੀ ਡਰਦਾ? ਉਹ ਕਹਿੰਦਾ ਮਨ ਮੇਰੇ ਕੋਲ ਹੈ ਹੀ ਨਹੀਂ। ਮਨ ਕਿੱਥੇ? ਚਰਨ ਕਮਲ ਚਿਤਰੇ ਉਹ ਸਮਾਏ, ਉਹਦੇ ਚਰਨਾਂ ਦੇ ਨਾਲ ਮੇਰਾ ਮਨ ਜੁੜਿਆ। ਜਿਹੜਾ ਅੰਦਰ ਭਉ ਹੈ, ਨਿਡਾਰੇ ਹੈ, ਤੇ ਜੋ ਉਹਦੇ ਨਾਲ ਜੁੜ ਗਏ ਨਿਡਾਰ ਹੋ ਗਿਆ। ਥੋੜੇ ਦਿਨ ਪਹਿਲਾਂ ਸਿੰਘ ਕਹਿੰਦਾ, ਕਹਿੰਦਾ ਭਾਈ ਸਾਹਿਬ ਟੂਣਿਆਂ ਦਾ ਨਾਰੀਅਲ ਦਾ ਖਾ ਰਿਹਾ ਜਾਂ ਸੰਦੂਰਾਂ ਦਾ ਵਜਦਾ, ਇਹਦਾ ਕੀ ਕਰਨਾ ਹੁੰਦਾ? ਮੈਂ ਕਰਨਾ ਕੀ ਭਾਈ, ਤੇ ਕਿਸੇ ਨੂੰ ਰੋੜਾਂ ਤੇ ਦੇ ਦੇ ਉੱਪਰ ਲੈਂਦਾ ਕੋਈ ਨੀ, ਗੱਲ ਲੈਂਦਾ ਨੀ। ਮੈਂ ਅਕਸਰ ਨਾ ਬੜੀ ਵਾਰੀ ਕਹਿੰਦਾ ਆ, ਜਿਹੜਾ ਬੰਦਾ ਚੜ੍ਹਾਈ ਕਰ ਦਿੰਦਾ ਉਹਦੇ ਤੈਨੂੰ ਬੜੀਆਂ ਮਹਿੰਗੀਆਂ ਮਹਿੰਗੀਆਂ ਲੂੜੀਆਂ ਪਾਈਆਂ ਹੁੰਦੀਆਂ ਨੇ। ਮੈਂ ਕਹਿ ਦਿੰਦਾ ਭਾਈ ਚੱਕ ਲਓ, ਤੁਸੀਂ ਜਿਹਨੂੰ ਮਰਜ਼ੀ ਲੋੜ ਵਾਲੀ ਦੇ ਦਿਓ, ਉਹਨਾਂ ਨੂੰ ਉਹ ਚੰਬੜ ਗਿਆ ਉਹਦੇ ਨਾਲ। ਜਿਹੜਾ ਬੰਦਾ ਮਰਿਆ ਉਹਦੇ ਪਤਾ ਵੀ ਨਹੀਂ ਵੀ ਮੇਰੇ ਤੇ ਮਹਿੰਗੀਆਂ ਕਿ ਸਰਦੀਆਂ ਲੋਈਆਂ ਪਈਆਂ। ਅਸੀਂ ਲੋਈ ਵੀ ਨਹੀਂ ਕਰਦੇ, ਇੱਥੇ ਮਰੇ ਤੋਂ ਆਈ ਹੈ। ਮੈਂ ਕਹਿੰਦਾ ਵੀ ਮੈਨੂੰ ਤੇ ਕੱਖ ਨਹੀਂ ਹੁੰਦਾ, ਮੈਂ ਤੇ ਬੜੀ ਵਾਰੀ ਲਾਈਫ ਵਿੱਚ ਸਰਦੀਆਂ ਬੜੀਆਂ ਵਧੀਆ ਕੱਟੀਆਂ। ਨਾਰੇ ਆ ਨਾ ਵੀ ਇਹ ਮੁਰਦੇ ਨੂੰ ਲੱਗ ਗਈ ਤੇ ਮੁਰਦਾ ਸਦਾ ਵਾਸਤੇ ਵਿੱਚ ਵੜ ਗਿਆ। ਜਿੱਥੇ ਚੀਜ਼ ਜਾਏਗੀ ਮੁਰਦਾ ਨਾਲ ਜਾਓ, ਤੇ ਜਿਹਨੇ ਚੀਜ਼ ਲੈ ਲਈ ਮੁਰਦੇ ਨੇ ਉਹਦੀ ਧੋਣ ਫੜ ਲੈਣੀ। ਓਏ
ਮੇਰੀ ਲੋਹੇ ਤੋਂ ਕਿੱਦਾਂ ਚੁੱਕੀ ਫਿਰਦਾ, ਪੈ ਜੂਗਾ ਸਿਆਪਾ ਨਾਲ। ਗੁਰੂ ਸਾਹਿਬ ਕੀ ਕਹਿੰਦੇ ਨੇ, ਡਰ ਵਾਲ ਖੜਦੇ। ਡਰ ਪਤਾ ਕਿੱਥੋਂ ਪੈਦਾ ਹੁੰਦਾ? ਅੰਧੇਰੇ ਚੋਂ। ਅੰਧੇਰੇ ਚੋਂ ਭਰਮ ਪੈਦਾ ਹੁੰਦਾ, ਭਰਮ ਚੋਂ ਡਰ ਪੈਦਾ ਹੁੰਦਾ। ਬਾਬੇ ਨੇ ਬਾਣੀ 'ਚ ਦੋ ਉਦਾਹਰਣਾਂ ਦਿੱਤੀਆਂ ਨੇ, ਵੈਸੇ ਬਾਬੇ ਨੇ ਤੇ ਬੜੀਆਂ ਦਿੱਤੀਆਂ ਨੇ, ਪਰ ਮੇਰੇ ਸਾਹਮਣੇ ਦੋ ਹੀ ਨੇ। ਹਨੇਰਾ ਹੈ, ਹਨੇਰੇ 'ਚ ਰੱਸੀ ਪਈ ਹੈ, ਨਾਲ ਦਾ ਕਹਿੰਦਾ ਸੱਪੇ ਡਰਾ ਤਾ ਨਾ। ਹੁਣ ਉਹ ਸੱਪ ਹੈ ਜੇ ਰੱਸੀ ਦਾ ਫੈਸਲਾ ਕੌਣ ਕਰੇਗਾ? ਹਨੇਰਾ ਨਹੀਂ ਚਾਨਣਾ ਕਰੇਗਾ, ਤੂੰ ਠਹਿਰ ਜਾ, ਮੈਂ ਦੀਵਾ ਬਾਲਦਾ। ਅੱਜ ਕੱਲ੍ਹ ਦੀਵਾ ਨਹੀਂ ਬਾਲਣਾ ਪੈਂਦਾ, ਮੋਬਾਈਲ ਦੀ ਲਾਈਟ ਬਾਲ ਲੈਂਦੇ ਹਾਂ, ਬਾਲ ਲੈਂਦੇ ਹਾਂ ਜਿਵੇਂ ਲਾਈਟ ਮਾਰੀ ਲੈ, ਐਵੇਂ ਡਰਾਈ ਜਾਂਦਾ। ਇਹ ਤਾਂ ਰੱਸੀ ਹੈ, ਹੁਣ ਡਰ ਕਿਹਨੇ ਦੂਰ ਕੀਤਾ? ਚਾਨਣੇ ਨੇ। ਤੋ ਗੁਰਬਾਣੀ ਇਸ ਜਗ ਮੈਂ ਚਾਨਣ, ਗੁਰੂ ਕੀ ਬਾਣੀ ਸਾਡੇ ਅੰਦਰੋਂ ਡਰ ਕੱਢਦੀ ਹੈ। ਆਏ ਪਾਪ ਲੱਗ ਜੂਗਾ, ਮਾਲਕ ਕਹਿੰਦੇ ਨਹੀਂ ਲੱਗਦਾ। ਅਤੇ ਬੜੀ ਵਾਰੀ ਨਾ ਮਾਵਾਂ ਆਪਣੇ ਬੱਚੇ ਨੂੰ ਡਰਾਉਂਦੀਆਂ, ਸ਼ਰਾਰਤ ਨਹੀਂ ਕਰਨੀ, ਬਾਬਾ ਜੀ ਮਾਰਨਗੇ। ਅਤੇ ਜੇ ਮੇਰੇ ਕੰਨੀ ਗੱਲ ਪੈ ਜਾਏ ਤਾਂ ਮੈਂ ਉਸੇ ਵੇਲੇ ਕਹਿ ਦਿੰਦਾ, ਮੈਂ ਕਿਹਾ ਪੁੱਤਰਾ ਬਾਬਾ ਜੀ ਬਿਲਕੁਲ ਨਹੀਂ ਮਾਰਦੇ, ਬਾਬਾ ਜੀ ਪਿਆਰ ਕਰਦੇ ਆ। ਇਹਦਾ ਮਤਲਬ ਮੇਰੀ ਮਾਂ ਝੂਠ ਬੋਲਦੀ ਹੈ, ਬਿਲਕੁਲ ਝੂਠ ਬੋਲਦੀ ਹੈ। ਤੁਹਾਨੂੰ ਕਦੇ ਮਾਰਿਆ ਗੁਰੂ ਗ੍ਰੰਥ ਸਾਹਿਬ ਨੇ? ਗੁਰੂ ਮਾਰਦਾ ਨਹੀਂ ਹੈ, ਗੁਰੂ ਸਿਰਫ ਝਿੜਕਦਾ। ਅਤੇ ਉਹ ਝਿੜਕਦਾ ਵੀ ਇਸ ਕਰਕੇ ਹੈ ਕਿ ਅਸੀਂ ਸਿੱਧੇ ਰਾਹ ਪੈ ਸਕੀਏ। ਖਿਆਲ ਰੱਖਣਾ, ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗੇ, ਬਖਸ਼ੇ ਤਾਂ ਗੁਰ ਵਡਿਆ ਹੀ। ਮੈਂ ਕਿਹਾ ਬਾਬਾ ਜੀ ਨੂੰ ਮਾਰਦੇ, ਬੇਫਿਕਰ ਰਹੋ, ਕਿਉਂਕਿ ਸਾਡੇ ਇੱਥੇ ਤਾਂ ਬੋਲਣ ਵਾਲੇ ਆਉਂਦੇ ਨੇ ਨਾ, ਅਤੇ ਕਈਆਂ ਥਾਵਾਂ 'ਤੇ ਤਾਂ ਬੋਲਣ ਵਾਲੇ ਆਉਂਦੇ ਨੇ, ਉਹ ਮੇਰੀ ਅੱਖੀ ਡਿੱਠੀ ਬਾਤ ਹੈ। ਗੁਰਦੁਆਰੇ ਬੱਚੇ ਨੇ ਸ਼ਰਾਰਤਾਂ ਕੀਤੀਆਂ ਅਤੇ ਭਾਈ ਸਾਹਿਬ ਨੇ ਮਾਇਕ 'ਚ ਕਹਿਤਾ, ਅਸੰਭਵ ਆਪਣੇ ਬੱਚੇ ਸ਼ਰਾਰਤਾਂ ਕਰੀ ਜਾਂਦੇ ਆ, ਹੋਰ ਕਿਤੇ ਲੈ ਜਾਓ। ਸੰਗਤ 'ਚ ਇੱਕ ਬੰਦਾ ਖੜਾ ਹੋ ਕੇ ਕਹਿੰਦਾ, ਗਿਆਨੀ ਜੀ ਇਹਨੂੰ ਮਸੀਤੇ ਲੈ ਕੇ ਜਾਈਏ ਕਿ ਮੰਦਰ ਲੈ ਕੇ ਜਾਈਏ? ਸਿੱਖਾਂ ਦੇ ਬੱਚੇ ਗੁਰਦੁਆਰੇ ਨਹੀਂ ਆ ਕੇ ਕਰਨਗੇ ਤਾਂ ਕਿੱਥੇ ਕਰਨਗੇ? ਗਿਆਨੀ ਜੀ ਜੋ ਸਿੱਖਾਂ ਦੇ ਬੱਚਿਆਂ ਨੇ ਆਉਣਾ, ਜੇ ਗੁਰਦੁਆਰੇ ਨਹੀਂ ਆਉਣਗੇ ਮਸੀਤੇ ਲੈ ਕੇ ਜਾਈਏ ਕਿ ਮੰਦਰ 'ਚ ਲੈ ਕੇ ਜਾਈਏ? ਬੱਚੇ ਆਉਣ ਤਾਂ ਉਹਨਾਂ ਵਾਸਤੇ ਕੀ ਪ੍ਰਬੰਧ ਹੋਣੇ ਚਾਹੀਦੇ ਨੇ? ਛੋਟੀ ਜਿਹੀ ਘਟਨਾ ਇਤਿਹਾਸ ਦੀ ਤੁਹਾਨੂੰ ਨਾਲ ਸਾਂਝੀ ਕਰ ਰਹੀ ਹਾਂ। ਗੁਰੂ ਅੰਗਦ ਪਾਤਸ਼ਾਹ ਖਡੂਰ ਸਾਹਿਬ, ਜਦੋਂ ਸ਼ਾਮ ਜੀ ਹੁੰਦੀ ਹੈ ਨਾ, ਸਾਰੇ ਬੱਚੇ ਇਕੱਠੇ ਕਰ ਲੈਂਦੇ ਆ, ਨਾਲੇ ਉਹਨਾਂ ਨੂੰ ਗੁਰਮੁਖੀ ਪੜ੍ਹਾਉਂਦੇ ਨੇ। ਹੁਣ ਬੱਚਾ ਬਹੁਤ ਲੰਮਾ ਸਮਾਂ ਪੜ੍ਹ ਨਹੀਂ ਸਕਦਾ, ਖਿਆਲ ਰੱਖਣਾ, ਜਿੰਨਾ ਕੁ ਸਮਾਂ ਪੜ੍ਹ ਸਕਦਾ ਪੜ੍ਹਾਇਆ, ਪਰ ਬੱਚੇ ਦਾ ਖੇਡਣ 'ਚ ਬੜਾ ਮਨ ਲੱਗਦਾ, ਜਿੰਨਾ ਮਰਜ਼ੀ ਕਢਾ ਲਓ ਬਸ ਨਹੀਂ ਕਰਦੇ। ਫਿਰ ਗੁਰੂ ਅੰਗਦ ਪਾਤਸ਼ਾਹ ਉਹਨਾਂ ਨੂੰ ਇਕੱਠਿਆਂ ਕਰਕੇ ਲੈ ਜਾਂਦੇ ਅਤੇ ਪਤਾ ਕੀ ਖਿਡਾਉਂਦੇ? ਕੁਸ਼ਤੀ ਖਿਡਾਉਂਦੇ। ਜੇ ਤੁਸੀਂ ਕਦੇ ਖਡੂਰ ਸਾਹਿਬ ਜਾਓ, ਉੱਥੇ ਜਾ ਕੇ ਵੇਖਣਾ ਗੁਰਦੁਆਰਾ ਹੈ ਮਲ ਅਖਾੜਾ। ਅੱਛਾ, ਫਿਰ ਉਹਨਾਂ ਨੂੰ ਕਢਾਉਂਦੇ, ਫਿਰ ਉਹਨਾਂ ਨੂੰ ਇਨਾਮ ਦਿੰਦੇ। ਫਿਰ ਖੁਸ਼ੀ ਨਾਲ ਜਾ ਕੇ ਕਹਿੰਦੇ, ਘਰ ਦੇਖਿਆ, ਮੈਂ ਗੁਰਦੁਆਰੇ ਗਿਆ, ਉੱਥੇ ਮੈਂ ਖੇਡ ਖੇਡ ਕੇ ਆਇਆ, ਮੈਨੂੰ ਆਏ ਇਨਾਮ ਮਿਲੇ। ਦੋਵੇਂ ਕੰਮ ਹੋ ਜਾਂਦੇ, ਨਾਲੇ ਉਹਨਾਂ ਦੇ ਅੰਦਰ ਬਾਣੀ ਚਲੀ ਜਾਂਦੀ, ਨਾਲੇ ਉਹਨਾਂ ਨੂੰ ਖੇਡ ਖੜਾ ਦਿੱਤੀ ਜਾਂਦੀ। ਉਹ ਸਰੀਰਕ ਤੌਰ 'ਤੇ ਵੀ ਮਜ਼ਬੂਤ ਹੁੰਦੇ, ਕਵਾਤਮਕ ਤੌਰ 'ਤੇ ਵੀ ਮਜ਼ਬੂਤ ਹੁੰਦੇ। ਮੈਂ ਇੱਥੇ ਬੜੀ ਵਾਰ ਬੇਨਤੀ ਕੀਤੀ,
ਹੁਣ ਜੇ ਗੁਰੂ ਅੰਗਦ ਪਾਤਸ਼ਾਹ ਇਹ ਕੰਮ ਕਰ ਸਕਦੇ ਨੇ, ਸਮਾਂ ਬਦਲ ਗਿਆ ਤੇ ਸਾਨੂੰ ਗੁਰਦੁਆਰੇ ਨਾਲ ਜਿੰਮ ਨਹੀਂ ਖੋਲਣੇ ਚਾਹੀਦੇ? ਪਰ ਖੋਲੇ ਕੌਣ? ਜੇ ਕਿਸੇ ਪ੍ਰਬੰਧਕ ਨੇ ਖੋਲਤਾ, ਸੰਗਤ ਨੇ ਚੱਲਣ ਨਹੀਂ ਦੇਣਾ। ਲੈ ਗੁਰਦੁਆਰੇ 'ਚ ਕੋਈ ਜਿੰਮ ਹੁੰਦਾ? ਕਿਉਂ ਭਾਈ? ਇਹ ਜ਼ਰੂਰੀ ਨਹੀਂ ਹੈ ਤੁਸੀਂ ਉੱਥੇ ਗਾਣੇ ਗਵਾਉਣੇ ਆ, ਤੁਸੀਂ ਢਾਡੀ ਵਾਲਾ ਵੀ ਲਾ ਸਕਦੇ ਹੋ। ਇਹ ਜ਼ਰੂਰੀ ਨਹੀਂ ਹੈ ਵੀ ਜਿਹੜਾ ਗੁਰਦੁਆਰੇ 'ਚ ਜਿੰਮ ਹੋਏਗਾ ਉੱਥੇ ਤੁਹਾਡਾ ਧੀ ਪੁੱਤ ਪੁੱਥੇ ਸਿੱਧੇ ਕੱਪੜੇ ਪਾ ਕੇ ਆਉ, ਨਹੀਂ। ਉਹਨੂੰ ਪਤਾ ਹੈ ਗੁਰਦੁਆਰੇ ਦੇ ਜਿੰਮ 'ਚ ਜਾਣਾ, ਤਰੀਕੇ ਨਾਲ ਸਲੀਕੇ ਨਾਲ ਕੱਪੜੇ ਪਾ ਕੇ ਜਾਣਾ। ਅਤੇ ਖਿਆਲ ਕਰਨਾ, ਜੇ ਉਹ ਜਿੰਮ ਦੇ ਅੰਦਰ ਆਏਗਾ ਉਹ ਸੰਗਤ ਵਿੱਚ ਵੀ ਆਏਗਾ ਕਿ ਨਹੀਂ? ਫਿਰ ਤੁਸੀਂ ਵੇਖੋ ਗੁਰਦੁਆਰਾ ਜਿਹੜਾ ਹੈ ਨਾ, ਸਟੂਡੈਂਟ ਵਾਸਤੇ, ਸਿੱਖਿਆਰਥੀਆਂ ਵਾਸਤੇ, ਵਿਦਿਆਰਥੀਆਂ ਵਾਸਤੇ ਸਕੂਲ ਦਾ ਵੀ ਕੰਮ ਕਰਦਾ। ਕਿੱਥੇ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਨਹੀਂ ਹੋ ਸਕਦਾ? ਕਿੱਥੇ ਉਹਨਾਂ ਦੀ ਕੋਚਿੰਗ ਦਾ ਪ੍ਰਬੰਧ ਨਹੀਂ ਹੋ ਸਕਦਾ? ਹੋ ਸਕਦਾ, ਪਰ ਕੜੇ ਕਰੇ ਕੌਣ ਹੈ? ਅਸੀਂ ਤਾਂ ਨਹੀਂ ਕਰਨਾ। ਜੇ ਕੋਈ ਮਰੀਜ਼ ਹੈ ਉਹਦੀ ਦਵਾ ਦਾਰੂ ਦਾ ਪ੍ਰਬੰਧ ਨਹੀਂ ਹੋ ਸਕਦਾ? ਹੋ ਸਕਦਾ ਹੈ। ਆਪਣੇ ਦੋ ਬੱਚੇ ਨਾ ਬਾਹਰ ਖੜੇ ਆਪ 'ਚ ਗੱਲਾਂ ਕਰ ਰਹੇ ਸੀ, ਜਾਣੀ ਕਿ ਸ਼ਰਮਾ ਰਹੇ ਸੀ ਵੀ ਪੁੱਛੀਏ ਕਿ ਨਾ ਪੁੱਛੀਏ। ਮੈਂ ਜਿਵੇਂ ਗੱਡੀ ਤੋਂ ਉਤਰਿਆ ਮੈਂ ਕਿਹਾ ਦੱਸੋ, ਬਸ ਇੰਨੀ ਗੱਲ ਕਹਿਣ ਦੀ ਦੇਰ ਸੀ, ਸ਼ੁਰੂ ਹੋ ਗਏ। ਕਹਿੰਦੇ ਜੀ ਸਵੇਰੇ ਸਾਡਾ ਪੇਪਰ ਹੈ, IAS ਦਾ ਪਤਾ ਨਹੀਂ, IPS ਦਾ ਪੇਪਰ ਹੈ ਸਵੇਰੇ, ਅਤੇ ਗੁਰਦੁਆਰੇ 'ਚ ਰਾਤ ਨੂੰ ਥਾਂ ਮਿਲ ਜਾਏਗੀ। ਮੈਂ ਕਿਹਾ ਪੁੱਛਣ ਵਾਲੀ ਗੱਲ ਹੈ? ਪੁੱਛਣ ਵਾਲੀ ਗੱਲ ਥੋੜ੍ਹੀ ਹੈ, ਆਓ ਤੁਸੀਂ ਮੇਰੇ ਨਾਲ। ਮੈਂ ਕਿਹਾ ਦਫ਼ਤਰ 'ਚ ਜਾਓ, ਆਪਣਾ ਨਾਂ ਪਤਾ ਲਿਖਾਓ ਅਤੇ ਤੁਸੀਂ ਰਹਿਣ ਦੇ ਵਾਸਤੇ ਆਪਣਾ ਜਿਹੜਾ ਥਾਂ ਲੈ ਲਓ। ਹੁਣ ਤੁਸੀਂ ਵੇਖੋ ਜੇ ਉਹਦਾ ਕੱਲ੍ਹ ਨੂੰ ਪੇਪਰ ਕਲੀਅਰ ਹੋ ਗਿਆ, ਠੀਕ ਹੈ ਜੀ, ਉਹ ਕਿੱਦਾਂ ਨਾ ਕਿਤੇ ਉਹਦੇ 'ਤੇ ਲੱਗ ਗਏ, ਤੋ ਯਾਦ ਕਰਨਗੇ ਕਿ ਨਹੀਂ ਕਿ ਪੇਪਰ ਦੇਣ ਗਏ ਸਾਂ ਅਤੇ ਠਾਰ ਸਾਡੀ ਗੁਰਦੁਆਰਾ ਬਣਿਆ? ਇਹ ਸਾਰੇ ਕੰਮ ਸਾਨੂੰ ਕਰਨੇ ਪੈਣਗੇ, ਤਾਂ ਜਾ ਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੋ ਸਕੇਗਾ। ਗੱਲਾਂ ਨਾਲ ਵੀ ਆਉਣਾ ਜੇ ਖਿਆਲ ਰੱਖਣਾ। ਤੁਸੀਂ ਸੁਣਿਆ ਹੈ ਨਾ ਜਦੋਂ ਇਹਨੂੰ ਗੋਲੀਆਂ ਦੇ ਨਾਲ ਮਾਰਿਆ ਸ਼ੁਭਦੀਪ ਸਿੰਘ ਨੂੰ, ਅਤੇ ਲੋਕ ਵੀਡੀਓ ਬਣਾਉਣ ਵਾਲੇ ਬਾਹਲੇ ਸੀਗੇ, ਉਹਨੂੰ ਚੁੱਕ ਕੇ ਲੈ ਕੇ ਜਾਣ ਵਾਲੇ ਕੱਟ ਸਨ, ਔਰ ਬੰਦਿਆਂ ਨੇ ਜੋ ਬਿਆਨ ਦਿੱਤਾ, ਕਹਿੰਦੇ ਬਰਨਾਲੇ ਤੋਂ ਗੱਡੀ ਮੰਗਾਈ ਤਾਂ ਉਹਨੂੰ ਲੈ ਕੇ ਗਏ। ਹੁਣ ਬਰਨਾਲੇ ਤੋਂ ਗੱਡੀ ਆਉਣ ਲੱਗਿਆ ਇਹਨੂੰ ਲੈ ਕੇ ਜਾਣ ਲੱਗਿਆ ਕਿੰਨਾ ਕੁ ਸਮਾਂ ਲੱਗਿਆ ਹੋਵੇਗਾ? ਜੇ ਅੱਧਾ ਘੰਟਾ ਵੀ ਲਾਈਏ ਅਤੇ ਜਿੰਨੀਆਂ ਗੋਲੀਆਂ ਵੱਜੀਆਂ ਨੇ ਉੱਥੇ ਅੱਧਾ ਘੰਟਾ ਰਹਿ ਨਹੀਂ ਦੇ ਰਹੇ। ਗੁਰੂ ਸਾਹਿਬ ਜੀ ਨੇ ਇੱਕ ਪਰਿਵਾਰ ਆਇਆ ਸੀ, ਆਹ ਸਾਡੇ ਲਾਗੇ ਹੀ ਹੈ ਜਗ੍ਹਾ, ਜਦੋਂ ਆਪਾਂ ਪੌਂਟੇ ਨੂੰ ਜਾਂਦੇ ਹਾਂ ਨਾ ਰਸਤੇ 'ਚ ਜਗ੍ਹਾ ਹੁੰਦੀ ਹੈ, ਉੱਥੋਂ ਦਾ ਇੱਕ ਪਰਿਵਾਰ ਤੁਰਿਆ ਅਨੰਦਪੁਰ ਸਾਹਿਬ ਜਾਣਾ ਦਰਸ਼ਨ ਕਰਨ ਵਾਸਤੇ। ਔਰ ਜਿਹੜੇ ਲੋਕ ਦਰਸ਼ਨਾਂ ਨੂੰ ਜਾਂਦੇ ਸਨ ਗੁਰੂ ਸਾਹਿਬ ਵਾਸਤੇ ਬੜਾ ਕੁਝ ਲੈ ਕੇ ਜਾਂਦੇ ਸਨ, ਅਤੇ ਰਾਹ ਦੇ 'ਚ ਕਿਸੇ ਦਾ ਇੱਦਾਂ ਹੀ ਐਕਸੀਡੈਂਟ ਹੋ ਗਿਆ, ਪੱਟੜ ਪਰਿਵਾਰ ਮਿਲਿਆ, ਉਹਨਾਂ ਨੇ ਬਥੇਰੇ ਤਰਲੇ ਕੀਤੇ ਵੀ ਸਾਡੀ ਮਦਦ ਕਰ ਦਿਓ। ਕਹਿੰਦੇ ਨਾ ਨਾ, ਅਸੀਂ ਤਾਂ ਲੇਟ ਹੋ ਜਾਣਾ, ਗੁਰੂ ਦੇ ਦਰਸ਼ਨ ਕਰਨੇ ਆ। ਜਦੋਂ ਇੱਥੇ ਆਏ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਦਰਸ਼ਨ ਨਹੀਂ ਦਿੱਤੇ। ਉਹ ਮਾਲਕ ਨੇ ਜਦੋਂ ਤੁਹਾਡੀ ਲੋੜ ਸੀ ਮੈਂ ਤੁਹਾਨੂੰ ਆਵਾਜ਼ਾਂ ਮਾਰੀਆਂ, ਜਦੋਂ ਮੈਨੂੰ ਤੁਹਾਡੀ ਲੋੜ ਸੀ ਨਾ ਉਦੋਂ ਮੈਂ ਤੁਹਾਨੂੰ ਆਵਾਜ਼ਾਂ ਮਾਰੀਆਂ, ਹੁਣ ਮੈਨੂੰ ਤੁਹਾਡੀ ਲੋੜ ਨਹੀਂ ਹੈ। ਬੜੇ ਤੜਪੇ, ਹੁਣ ਦਰਸ਼ਨ ਕਿਵੇਂ ਆਉਣਗੇ? ਫਿਰ ਵੇਖੋ ਉਹਨਾਂ ਨੇ ਵੇਖਿਆ ਵੀ ਗੁਰੂ ਸਾਹਿਬ ਕੁਦਰਤ ਨੂੰ ਬੜਾ ਪਿਆਰ ਕਰਦੇ ਨੇ, ਉਹਨਾਂ ਮਾਲੀ ਕੋਲ ਚਲੇ ਗਏ, ਕਹਿੰਦੇ ਵੀ ਸਾਨੂੰ ਵੀ ਕੰਮ ਲਾ ਲੈ।
ਮਾਲੀ ਨੇ ਉਹਨੂੰ ਕੰਮ ਲਾਤਾ, ਉਹਨਾਂ ਨੇ ਇੰਨਾ ਦਿਲ ਲਾ ਕੇ ਸੇਵਾ ਕੀਤੀ ਕਿ ਜਦੋਂ ਫੁੱਲ ਖਿੜੇ ਨਾ ਗੁਰੂ ਸਾਹਿਬ ਜੀ ਨੇ ਵੇਖੇ ਅਤੇ ਮਾਲੀ ਨੂੰ ਪੁੱਛਿਆ ਵੀ ਇਹ ਫੁੱਲ, ਕਹਿੰਦੇ ਪਾਤਸ਼ਾਹ ਸੋ ਇਹਨਾਂ ਤੈਨੂੰ ਇਹਨਾਂ ਆਏ ਹੋਏ ਨੇ, ਉਹ ਸੇਵਾ ਕਰ ਰਹੇ ਨੇ ਕਈ ਦਿਨਾਂ ਤੋਂ। ਅਤੇ ਪਾਤਸ਼ਾਹ ਜੀ ਬੜੇ ਖੁਸ਼ ਹੋਏ ਵੀ ਚਲੋ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਅਤੇ ਪਾਤਸ਼ਾਹ ਜੀ ਨੇ ਕਿਹਾ ਵੀ ਕੋਈ ਨਾ, ਹੁਣ ਇਹ ਫੁੱਲਾਂ ਸਮੇਤ ਤੈਨੂੰ ਅਸੀਂ ਬਖਸ਼ ਦਿਆਂਗੇ। ਪਰ ਹੋਇਆ ਪਤਾ ਕਿ ਇੱਕ ਅਯਾਲੀ ਆਇਆ ਫਕੀਰ, ਹੁਣ ਕਈਆਂ ਨੂੰ ਕਹਿੰਦਾ ਵੀ ਗੁਰੂ ਦੇ ਕੋਲ ਖਾਲੀ ਨਹੀਂ ਜਾਣਾ, ਕੁਛ ਨਾ ਕੁਛ ਲੈ ਹੀ ਚੱਲੋ, ਅਸੀਂ ਲੋਕ ਕਿੱਡੇ ਸਿਆਣੇ ਆ, ਘਰੋਂ ਖਾਲੀ ਆਉਂਦੇ ਹਾਂ, ਬਾਹਰ ਮਾੜੇ ਮੋਟੇ ਫੁੱਲ ਲੱਗੇ ਆ ਨਾ, ਇੱਥੋਂ ਫੁੱਲ ਤੋੜੇ ਆ ਅਤੇ ਇੱਥੇ ਗੁਰੂ ਕੇ ਚੜ੍ਹਾ ਦੇ, ਚਲੋ ਜੀ ਕੰਮ ਹੋ ਗਿਆ। ਉਹਨੇ ਵੀ ਐਸਾ ਹੀ ਕੀਤਾ, ਫੁੱਲ ਤੋੜੇ ਅਤੇ ਲਿਆ ਕੇ ਗੁਰੂ ਸਾਹਿਬ ਅੱਗੇ ਚੜ੍ਹਾ ਦੇ। ਗੁਰੂ ਸਾਹਿਬ ਜੀ ਨੇ ਫੁੱਲ ਵੇਖਦੇ ਹੀ ਪੁੱਛਿਆ ਹੋਇਆ ਕੀ, ਕਹਿੰਦਾ ਮਾਲਕ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਫੁੱਲ ਤੋੜ ਕੇ। ਮਾਲਕ ਕਹਿੰਦੇ ਤੂੰ ਫੁੱਲ ਨਹੀਂ ਤੋੜ ਕੇ ਲਿਆਇਆ, ਦੋ ਜ਼ਿੰਦਗੀਆਂ ਤੋੜ ਕੇ ਲਿਆਇਆ। ਜਦੋਂ ਉੱਥੇ ਗਏ ਉਹ ਵੀ ਹੋਸ਼ ਹੋ ਕੇ ਡਿੱਗੇ ਪਏ, ਇਹਨਾਂ ਫੁੱਲਾਂ ਦੀ ਬਦੌਲਤ ਅਸੀਂ ਗੁਰੂ ਤੋਂ ਮਾਫ਼ੀ ਲੈਣੀ ਸੀ ਅਤੇ ਫੁੱਲ ਵੀ ਤੋੜ ਕੇ ਲੈ ਗਏ। ਅਖੀਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਬਾਗ 'ਚ ਗਏ, ਔਰ ਬਾਗ 'ਚ ਜਾ ਕੇ ਵੇਖਿਆ ਅਤੇ ਵਿਚਾਰੇ ਉੱਤੇ ਡਿੱਗੇ ਪਏ। ਦਬਾ ਦਬ ਇਹਨਾਂ ਨੂੰ ਚੁੱਕਿਆ, ਇਲਾਜ ਕੀਤਾ, ਹੋਸ਼ 'ਚ ਲਿਆਂਦਾ ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਇਹਨਾਂ ਦੋਨਾਂ ਨੂੰ ਆਪਣੀ ਗੱਲ ਵੱਕੜੀ 'ਚ ਲਿਆ ਅਤੇ ਸਮਝਾਇਆ, ਕਦੇ ਵੀ ਰਾਹ ਜਾਂਦਾ ਕੋਈ ਗੰਭੀਰ ਤੁਹਾਨੂੰ ਮਿਲ ਜਾਏ ਨਾ, ਤੇ ਇਹ ਨਹੀਂ ਕਹਿਣਾ ਵੀ ਮੈਂ ਗੁਰਦੁਆਰੇ ਜਾਣਾ ਮੇਰਾ ਜ਼ਰੂਰੀ ਹੈ, ਇਹਨੂੰ ਸਾਹਮਣਾ ਪਹਿਲੇ ਜ਼ਰੂਰੀ ਹੈ। ਇਨਸਾਨੀਅਤ ਤਾਂ ਆਹੀ ਹੈ ਨਾ, ਤਾਂ ਹੀ ਮੇਰੇ ਮਾਲਕ ਨੇ ਕਹਿੰਦਾ ਵੀ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਤੁਸੀਂ ਉਹ ਘਟਨਾ ਸੁਣੀ ਹੋਣੀ ਨਾ ਨਿਊਜ਼ੀਲੈਂਡ ਦੀ, ਨੌਜਵਾਨ ਸਟੂਡੈਂਟ ਗਿਆ ਸੀ ਨਾ, ਉਹਨੇ ਆਪਣੀ ਦਸਤਾਰ ਖੋਲ੍ਹ ਇੱਕ ਬੱਚੇ ਦੀ ਜਾਨ ਪਿੱਛੇ ਦਾ ਖੂਨ ਬਹੁਤ ਵੱਗ ਰਿਹਾ ਸੀ, ਉਹਨੂੰ ਕਿੰਨਾ ਮਾਣ ਸਨਮਾਨ ਮਿਲਿਆ ਜੋ ਉਹਨੇ ਕਦੇ ਸੋਚਿਆ ਵੀ ਨਹੀਂ ਸੀ। ਪਰ ਉਹ ਮਿਲਿਆ ਕਿਉਂ? ਕਿਉਂਕਿ ਉਹਨੇ ਗੁਰੂ ਦੇ ਉਪਦੇਸ਼ ਨੂੰ ਵਰਤਿਆ। ਕੋਸ਼ਿਸ਼ ਕਰੀਏ ਗੁਰੂ ਦੀ ਬਾਣੀ ਤੋਂ ਗਿਆਨ ਲੈ ਕੇ ਆਪਣੇ ਅੰਦਰੋਂ ਡਰ ਦੂਰ ਕਰੀਏ। ਤੇ ਸਤਿਗੁਰੂ ਨੇ ਕੀ ਬਚਨ ਕੀਤਾ? ਪਾਤਸ਼ਾਹ ਜੀ ਨੇ ਫਰਮਾਇਆ ਭਈ ਆਪਾਂ ਨੇ ਪੈ ਪੰਜਨ ਅਗ ਦੁੱਖ ਨਾਸ਼ ਮਨੈ ਅਰਾਧ ਕਰੇ। ਉਹਨੂੰ ਅਰਾਧਣਾ, ਉਹਨੂੰ ਸਮਝਣਾ, ਸਮਝ ਕੇ ਆਪਣੇ ਅੰਦਰ ਉਹਨੂੰ ਟਿਕਾਉਣਾ। ਹੁਣ ਇਹ ਕੰਮ ਦੀ ਸ਼ੁਰੂਆਤ ਮੈਂ ਕਿਵੇਂ ਕਰਨੀ ਹੈ? ਤੇ ਪਾਤਸ਼ਾਹ ਨੇ ਬਚਨ ਕੀਤਾ, ਸੰਤ ਸੰਗ ਜੈ ਰਿਦ ਵਸਿਓ ਨਾਨਕ ਤੇ ਨਾ ਭਰਮੇ। ਸੰਤ ਸੰਗਤ ਦੇ ਰਾਹੀਂ, ਸਾਧ ਸੰਗਤ ਦੇ ਰਾਹੀਂ ਜਿਨ੍ਹਾਂ ਦੇ ਗਿਰਦੇ 'ਚ ਮਨ 'ਚ ਵੱਸ ਗਿਆ ਉਹ ਨਹੀਂ ਫਿਰ ਭਰਮ 'ਚ ਪੈਂਦੇ, ਉਹ ਨਹੀਂ ਭਰਮ 'ਚ ਪੈਂਦੇ। ਖਿਆਲ ਰੱਖਣਾ। ਹੁਣ ਤੁਸੀਂ ਵੇਖੋ ਇੱਕ ਹੋਰ ਭਰਮ ਹੈ, ਜਦੋਂ ਅਸੀਂ ਮੁਰਦਾ ਬੋ ਕੇ ਆਈਏ ਆ ਕੇ ਇਸ਼ਨਾਨ ਕਰਨਾ ਜ਼ਰੂਰੀ ਹੈ, ਇਸ਼ਨਾਨ ਤੋਂ ਬਿਨਾਂ ਘਰ ਨਹੀਂ ਵੜਦੇ ਲੋਕ, ਅਤੇ ਜੇ ਅਸੀਂ ਇਸ਼ਨਾਨ ਕਰਨ ਲੱਗ ਗਏ ਸਾਡਾ ਤਾਂ ਸਰ ਗਿਆ ਪਿਆ। ਦਿਹਾੜੇ 'ਚ ਕਈ ਵਾਰ ਤਿੰਨ ਤਿੰਨ ਮੁਰਦੇ ਬੋਖਣ ਜਾਈਦਾ, ਅਸੀਂ ਤਾਂ ਕਦੇ ਨਹੀਂ ਇਸ਼ਨਾਨ ਕੀਤਾ। ਹਾਲਾਂਕਿ ਕਈ ਵਾਰੀ ਉਹਨਾਂ ਦੀ ਸਾਂਭ ਸੰਭਾਲ ਵੀ ਆਪਣੇ ਹੱਥੀਂ ਕਰੀਦੀ ਹੈ, ਕਦੇ ਨਹੀਂ ਠੀਕ ਹੈ। ਕੋਈ ਬਿਮਾਰੀ ਸ਼ਮਾਰੀ ਨਾਲ ਮਰਿਆ ਹੱਥ ਚੰਗੀ ਤਰ੍ਹਾਂ ਧੋ ਲਈਦੇ, ਉਹ ਕਿਤੇ ਸਾਨੂੰ ਚੰਬੜ ਗਿਆ ਤੇ ਸਾਡੇ ਨਾਲ ਆ ਜੂਗਾ? ਉਹ ਤਾਂ ਵਿਚਾਰਾ ਨਾ ਵੇਖ ਸਕਦਾ, ਨਾ ਸੁਣ ਸਕਦਾ, ਨਾ ਬੋਲ ਸਕਦਾ, ਕੱਖ ਵੀ ਨਹੀਂ ਕਰ ਸਕਦਾ, ਤੇ ਮੁਤਾਜ ਹੈ। ਵੀ ਇਸ਼ਨਾਨ ਕਰਕੇ ਆਉਣਾ। ਅੱਛਾ, ਜਿਹੜੇ ਇਸ਼ਨਾਨ ਨਹੀਂ ਕਰਦੇ ਉਹਨੇ ਇੱਕ ਨਵਾਂ ਤਰੀਕਾ ਕੱਢਿਆ ਹੋਇਆ, ਪਤਾ ਕਿਹੜਾ? ਪਾਣੀ ਦੀ ਰਹੀ ਕੁਰਲੀ ਕੀਤੀ, ਪਿੱਛੇ ਛਿੱਟਾ ਮਾਰ ਲਿਆ, ਇਹਦੇ ਨਾਲ ਇਸ਼ਨਾਨ ਹੋ ਗਿਆ। ਦੋਨਾਂ ਪੰਡਿਤ ਇਸ਼ਨਾਨ ਕਰਨ ਗਏ,
ਕਹਿੰਦੇ ਚੱਲ ਤੇਰੀ ਇਸ਼ਨਾਨ ਕਰਨਾ। ਉਹ ਕਹਿੰਦੇ ਚੱਲ। ਜਦੋਂ ਗੰਗਾ ਗਏ ਨਾ, ਉਹ ਪਾਣੀ ਪਰਵਲ ਕੱਢਣ ਲੱਗ ਕਹਿੰਦਾ ਵੀ ਇਹ ਤੇ ਔਖਾ ਕੰਮ ਹੈ, ਹੁਣ ਉੱਥੇ ਤਾਂ ਨਹਾਉਣਾ ਵੀ ਖੁੱਲ੍ਹੇ 'ਚ ਪਏਗਾ। ਉਹਨੇ ਕਾਟ ਕੱਢ ਲਈ, ਉਹਨੇ ਛੋਟੇ ਜਿਹੇ ਕੰਕਰ ਚੁੱਕਿਆ, ਪਾਣੀ 'ਚ ਪਾਇਆ, ਆਪਣੇ ਪਿੰਡੇ 'ਤੇ ਰੱਖ ਲਿਆ। ਕਹਿੰਦਾ ਕੰਕਰ ਇਸ਼ਨਾਨ, ਕੰਕਰ ਇਸ਼ਨਾਨ ਹੋ ਗਿਆ, ਤਰੀਕਾ ਕੱਢ ਲਿਆ। ਜਿਹੜਾ ਨਾਲ ਦਾ ਸੀ ਉਹਦਾ ਵੀ ਉਸਤਾਦ, ਉਹਨੇ ਉਹਦੇ ਨਾਲ ਰਗੜਦਾ ਮੋਢਾ, ਕਹਿੰਦਾ ਤੂੰ ਇਸ਼ਨਾਨ, ਮੋ ਇਸ਼ਨਾਨ। ਕਹਿੰਦਾ ਤੂੰ ਨਾ ਲਿਆ, ਮੈਂ ਨਾ ਲਿਆ, ਕੋਈ ਗੱਲ ਹੈ, ਚੱਲ ਤੁਸੀਂ ਖਾਣਾ ਕੱਢੀਆਂ ਹੋਈਆਂ ਨੇ ਉੱਥੇ। ਦੇਖੋ ਜਦੋਂ ਮੁਰਦਾ ਮਰਦਾ ਹੈ ਨਾ, ਉਹ ਨਿੱਕੀਆਂ ਨਿੱਕੀਆਂ ਲੱਕੜਾਂ ਵੰਡ ਦਿੰਦੇ, ਜਿਵੇਂ ਪਤਾਸੇ ਵੰਡਣੇ ਹੁੰਦੇ। ਆਹ ਸੁੱਟੋ ਪਈ ਦੇ, ਉਹ ਤੁਹਾਡੀ ਇੰਨੀ ਕੁ ਲੱਕੜ ਕੀ। ਅੱਛਾ, ਜਿਹਨਾਂ ਨੂੰ ਲੱਕੜਾਂ ਨਹੀਂ ਮਿਲਦੀਆਂ ਉਹ ਪਤਾ ਕੀ ਕਰਦੇ ਨੇ, ਉਹ ਟੁੱਥਪਿਕ ਵਾਲੀ ਹੁੰਦੀ ਨਹੀਂ ਆ ਪੈਕਟ ਜਿਹੜਾ ਹੁੰਦਾ, ਉਹ ਲੈ ਜਾਂਦੇ ਨੇ। ਮੈਂ ਕਿਹਾ ਕਿਤੇ ਮੁਰਦਾ ਨਾ ਮੰਗ ਲਈ, ਮੈਂ ਵੀ ਦੰਦਾਂ ਚੋਂ ਕੁਝ ਕੱਢਣਾ, ਹੱਦ ਹੋ ਗਈ ਤੁਹਾਡੀ। ਇਹ ਚੰਡੀਗੜ੍ਹ ਵਿੱਚ ਪੜ੍ਹੇ ਲਿਖੇ ਲੋਕਾਂ ਦੇ ਕੰਮ ਨੇ, ਇਹ ਕੀ ਨੇ, ਭਰਮ ਨੇ। ਹੁਣ ਕੌਣ ਕੱਢੇਗਾ ਜੀ ਭਰਮ ਚੋਂ ਤੁਹਾਨੂੰ? ਫਕੀਰ ਆ, ਕਰੀ ਜਾਂਦੇ ਹਾਂ ਦੇਖਾ ਦੇਖੀ, ਸਵਾਂਗ ਤਰ ਭੁੱਲੇ ਭਟਕਾ ਖਾਏ, ਪਤਾ ਨਹੀਂ ਹੈ। ਅੱਛਾ ਚਲੋ, ਨਹੀਂ ਪਤਾ ਤੁਸੀਂ ਪੁੱਛ ਲਓ, ਸਮਝ ਲਓ। ਆ ਕੱਲ ਪਰਸੋਂ ਨਾ ਭਾਈ ਸਾਹਿਬ ਆ ਵਿਆਹ ਹੋ, ਮੇਰੇ ਬਾਬਲਾ ਸ਼ਬਦ ਨਹੀਂ ਪੜਿਆ ਆਨੰਦ ਕਾਰਜ ਦੇ ਦੌਰਾਨ। ਮੈਂ ਕਿਹਾ ਨਹੀਂ ਪੜਿਆ। ਕਹਿੰਦੇ ਕਿਉਂ? ਮੈਂ ਕਿਹਾ ਵਿਆਹ ਇਕੱਲੀ ਕੁੜੀ ਦਾ ਹੀ ਹੁੰਦਾ, ਮੁੰਡੇ ਦਾ ਨਹੀਂ ਹੁੰਦਾ। ਵੀ ਕੁੜੀ ਨੇ ਪੜ੍ਹਨਾ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇਰ ਪਾਇਆ। ਮੈਂ ਕਿਹਾ ਜੀ ਰਹਿਤ ਮਰਿਆਦਾ ਦਿਆਂ, ਵੀ ਤਾਰਾ ਕੱਚਾ ਜਿਹਾ ਹੋ ਗਿਆ। ਕਹਿੰਦਾ ਚਲੋ ਦੇ ਦਿਓ। ਮੈਂ ਕਿਹਾ ਨਾ ਪੜ੍ਹ ਲੈਂਦੇ, ਸਭ ਕੁਝ ਲਿਖਿਆ ਹੋਇਆ ਜੀ। ਅਸੀਂ ਵੀ ਤੋਂ ਸੱਜੇ ਖੱਬੇ ਗਏ, ਭਾਈ ਤੇਰੇ ਵੀ ਗੁਨਾਹਗਾਰ ਆ, ਗੁਰੂ ਦੇ ਵੀ ਗੁਨਾਹਗਾਰ ਆ। ਨਹੀਂ, ਉਹ ਪੜ੍ਹਦੇ ਹੁੰਦੇ ਨੇ। ਮੈਂ ਕਿਹਾ ਪੜ੍ਹਦੇ ਹੁੰਦੇ ਨੇ, ਅਸੀਂ ਨਹੀਂ ਪੜ੍ਹਦੇ, ਕਿਉਂਕਿ ਪਹਿਲੀ ਗੱਲ ਜਿਹਦੇ ਨਾਲ ਵਿਆਹ ਹੋਇਆ ਉਹ ਗੁਰਮੁਖ ਦੇ ਤਾਂ ਨੇੜੇ ਤੇੜੇ ਦਾ ਵੀ ਨਹੀਂ ਹੈ। ਇਹ ਖਿਆਲ ਰੱਖਣਾ ਜੀ, ਗੁਰਮੁਖ ਦਾ ਨੇੜੇ ਤੇੜੇ ਨਹੀਂ ਹੈ। ਜੇ ਅਸੀਂ ਗੁਰਮੁਖ ਦੀ ਬਾਤ ਕਰੀਏ ਤੇ ਭਾਈ ਗੁਰਦਾਸ ਕਹਿੰਦੇ ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਗੁਰਮੁਖ ਤੇ ਨਾਨਕ ਹੀ ਆ। ਕੋਸ਼ਿਸ਼ ਕਰੀਏ ਉਸ ਰਾਹ ਤੇ ਤੁਰਨ ਦੀ। ਤੋ ਜਿਨ੍ਹਾਂ ਨੇ ਸਾਧ ਸੰਗਤ ਨਾਲ ਜੁੜੇ ਤੇ ਜੁੜ ਕੇ ਕੀ ਕੀਤਾ, ਬਾਣੀ ਦੇ ਉਪਦੇਸ਼ ਨੂੰ ਹਿਰਦੇ ਚ ਵਸਾ ਲਿਆ ਤੇ ਇਹਨਾਂ ਭਰਮੇ, ਉਹ ਨੀ ਫਿਰ ਮੁੜ ਕੇ ਭਰਮ ਚ ਕਰਦੇ। ਕਹਿੰਦੇ ਜੀ ਮੰਜੇ ਤੇ ਨਹੀਂ ਸੋਣਾ, ਭਰਾ ਚੜਾਈ ਕਰ ਗਿਆ। ਕਹਿੰਦੇ ਜੀ ਮੰਜੇ ਤੇ ਨਹੀਂ ਸੋਣਾ। ਮੈਂ ਕਿਹਾ ਉਹ ਕਹਿ ਕੇ ਗਿਆ ਵੀ ਮੰਜੇ ਤੇ ਨਹੀਂ ਸੋਣਾ? ਕਹਿੰਦੇ ਨੀ, ਰਿਵਾਜ਼ ਹੈ। ਮੈਂ ਕਿਹਾ ਤੁਸੀਂ ਪਾਓ ਆਪਣੇ ਰਿਵਾਜ਼, ਆਪਾਂ ਤਾਂ ਮੰਜੇ ਤੇ ਸੋਣਾ। ਹੁਣ ਹੁੰਦਾ ਪਤਾ ਕੀ ਸੀ, ਪਹਿਲੇ ਥਾਂ ਥੋੜ੍ਹੀ ਹੈ, ਜਦੋਂ ਕੋਈ ਚੜਾਈ ਕਰਦਾ ਪ੍ਰਾਹੁਣੇ ਜ਼ਿਆਦਾ ਆ ਜਾਂਦੇ ਆ, ਫਿਰ ਹੁਣ ਕੀਤਾ ਕੀ ਜਾਏ, ਮੰਜੇ ਬਾਹਰ ਕੱਢ ਦਿਓ, ਕੁੰਜੇ ਡਾਲ। ਬਸ ਇੰਨੀ ਗੱਲ ਸੀ, ਇੰਨੀ ਕੀ ਗੱਲ ਸੀ, ਉਹ ਅਸੀਂ ਨਾ ਰੀਤ ਬਣਾ ਲਈ, ਮੰਜਿਆਂ 'ਤੇ ਨਹੀਂ ਸੋਣਾ ਭਾਈ। ਅਤੇ ਮੰਜੇ ਫਿਰ ਪਤਾ ਕਿੱਦਣ ਡਾਈ ਜਾਂਦੇ ਨੇ, ਦਸਵੇਂ ਦਿਨ ਜਿੱਦਣ ਭੋਗ ਪੈਂਦਾ, ਕਿਉਂਕਿ ਫਿਰ ਸਾਰੇ ਚਲੇ ਗਏ, ਹੁਣ ਥਾਂ ਬਣ ਗਈ, ਮੰਜੇ ਡਾਲੋ। ਅਸੀਂ ਰਿਵਾਜ਼ ਹੀ ਬਣਾ ਲਿਆ। ਅੱਛਾ, ਇੱਕ ਰਿਵਾਜ਼ ਬਹੁਤ ਨੇ, ਅਸੀਂ ਵੀ ਅੱਖਾਂ ਬੰਦ ਕਰਕੇ ਪੜ੍ਹੇ ਲਿਖੇ ਹਾਂ, ਅੱਖਾਂ ਬੰਦ ਕਰਕੇ ਅਸੀਂ ਵੀ ਕਰੀ ਜਾਂਦੇ ਹਾਂ। ਕਿਉਂ? ਜੋ ਬਜ਼ੁਰਗ ਕਹਿੰਦੇ ਆ ਭਾਈ, ਅਤੇ ਸਤਸੰਗਤ ਮਾਫ਼ ਕਰਨਾ। ਹੁਣ ਜੇ ਬਜ਼ੁਰਗਾਂ ਦੀ ਗੱਲ ਕਰਾਂ ਤਾਂ ਬਜ਼ੁਰਗ ਸਾਡੇ ਕਿੰਨੇ ਕੁ ਪੜ੍ਹੇ ਲਿਖੇ ਨੇ, ਕਿੰਨੇ ਕੁ ਨੇ? ਚਲੋ ਜੇ ਉਹ ਵਿਚਾਰੇ ਮਾੜੇ ਮੋਟੇ ਪੜ੍ਹੇ ਵੀ ਗਏ, ਉਹਨਾਂ ਨੇ ਗੁਰੂ ਕੀ ਬਾਣੀ ਦਾ ਗਿਆਨ ਕਿੰਨਾ ਕੁ ਲਿਆ? ਇਹ ਵੀ ਤਾਂ ਵੇਖੋ ਨਾ, ਜੇ ਬਦਲਾਵ ਲਿਆਉਣਾ ਤਾਂ ਆਪਣੇ ਆਪ ਨੂੰ ਬਦਲਣਾ ਪੈਣਾ, ਆਪਣੇ ਆਪ ਤੋਂ ਸ਼ੁਰੂਆਤ ਕਰਨੀ ਪਏਗੀ। ਅਗਲੀ ਬੇਨਤੀ ਕਰਦੇ ਹਾਂ, ਜਿੱਦਣ ਤੁਸੀਂ ਸ਼ੁਰੂਆਤ ਕਰ ਲਈ, ਤੁਹਾਡੇ ਘਰ ਦੇ ਨੇ ਤੁਹਾਡੇ ਦੁਆਲੇ ਹੋ ਜਾਣਗੇ।
ਜਿਵੇਂ ਸਾਡੇ ਦੁਆਲੇ ਹੋ ਜਾਂਦੇ ਨੇ, ਤੂੰ ਠੇਕਾ ਚੁੱਕਿਆ ਗੁਰਮਤ ਦਾ, ਤੈਨੂੰ ਬਾਹਲੀ ਗੁਰਮਤ ਆ ਗਈ, ਤੂੰ ਬਾਹਲਾ ਨਾਨਕ ਪੜ੍ਹ ਲਿਆ ਕਿਤੇ, ਜਿਹੜਾ ਕੰਮ ਮੈਂ ਕਰਨਾ ਹੀ ਨਹੀਂ। ਸੂਤਕ ਲੱਗ ਜਾਂਦਾ ਨਾ ਸਾਡੇ ਘਰ ਕੋਈ ਜੰਮ ਜਾਏ, ਮਾਲਕ ਤੇ ਕਹਿੰਦੇ ਸਭ ਸੂਤਕ ਭਾਲ ਮੈਂ, ਫਿਰ ਹੁਣ ਕੀ ਕਰੂੰਗੇ। ਫਿਰ ਉਹ ਇੱਕ ਤਰੀਕੇ ਨਾਲ ਧਾਰਦੇ ਨੇ ਸੂਤਕ, ਪਰ ਸਾਹਿਬ ਦੀ ਬਾਣੀ ਕੀ ਕਹਿੰਦੀ ਹੈ, ਨਾਨਕ ਸੋਤਕੇ ਉਹਨਾਂ ਹੀ ਉਤਰਿਆ। ਫਿਰ ਬਾਬਾ ਨਾਨਕ ਜੀ ਕਿਵੇਂ ਉਤਰੇਗਾ? ਪਾਤਸ਼ਾਹ ਕਹਿੰਦੇ ਗਿਆਨ ਉਤਾਰਿਆ ਧੋਏ। ਭਾਈ ਸੋਤਕ ਦਾ ਪਰਮ ਗਿਆਨ ਨੇ ਦੂਰ ਕਰਨਾ ਹੈ, ਤੇ ਗਿਆਨ ਲੈਣਾ ਪਏਗਾ। ਤੇ ਗਿਆਨ ਪਤਾ ਕਿਵੇਂ ਆਉਣਾ? ਪੜ੍ਹਿਆ ਨਾ ਹੀ ਭੇਦ ਬੁੱਝਿਆ ਭਾਵਨਾ, ਇਕੱਲਾ ਪੜ੍ਹਨ ਨਾਲ ਬਾਤ ਨਹੀਂ ਬਣਨੀ, ਇਹਨੂੰ ਬੁੱਝਣਾ ਪਏਗਾ। ਤੇ ਜਿਹੜਾ ਬੁੱਝ ਗਿਆ ਉਹ ਸਚਿਆਰ ਹੋ ਗਿਆ। ਜਪਜੀ ਦੀ ਬਾਣੀ ਹੈ, ਜੇ ਕੋ ਬੁੱਝੈ ਹੋਵੇ ਸਚਿਆਰ। ਸਤਿਗੁਰੂ ਕੀ ਕਹਿੰਦੇ ਨੇ, ਬਾਬਾ ਪੌੜੀ ਦੁਆਰਾ ਮੇਰੇ ਮਾਲਕ ਜੀ ਨੇ ਬਚਨ ਕੀਤਾ, ਭੱਬਾ ਭਰਮ ਮਿਟਾਵੋ ਆਪਣਾ। ਹੁਣ ਭੱਬੇ ਅੱਖਰ ਦੁਆਰਾ ਮਾਲਕ ਨੇ ਆਪਣਾ ਭਰਮ ਦੂਰ ਕਰ ਦਿਓ। ਹੁਣ ਭਰਮ ਕੀ ਹੈ? ਇਹ ਸੰਸਾਰ ਸਦੀਵੀ ਹੈ, ਸੰਸਾਰ ਸੱਚ ਹੈ। ਮਾਲਕ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਨਾ, ਇਹ ਸੰਸਾਰ ਸਗਲ ਹੈ ਸੁਪਨਾ। ਹੁਣ ਤੁਸੀਂ ਵੇਖੋ, ਸਾਡੇ ਚੋਂ ਕੋਈ ਵੀ ਐਸਾ ਨਹੀਂ ਜਿਹਨੂੰ ਸੁਪਨੇ ਨਾ ਆਉਂਦੇ ਹੋਣ, ਪਰ ਅਸੀਂ ਚੰਗੇ ਸੁਪਨੇ ਆਉਣ ਤੇ ਖੁਸ਼ ਹੁੰਦੇ ਹਾਂ, ਅੱਜ ਮੈਨੂੰ ਬੜਾ ਵਧੀਆ ਸੁਪਨਾ ਆਇਆ। ਅੱਛਾ, ਫਿਰ ਸੁਪਨੇ ਵਿੱਚ ਵੀ ਹੋਰ ਪੰਗਾ ਵੀ, ਜੇ ਤਾਂ ਸੁਪਨਾ ਆਵੇ ਨਾ ਸਵੇਰੇ ਅੰਮ੍ਰਿਤ ਵੇਲੇ, ਉਹ ਸੁਪਨਾ ਬੜਾ ਵਧੀਆ ਹੁੰਦਾ, ਅੰਮ੍ਰਿਤ ਵੇਲੇ ਸੱਚ ਹੀ ਹੋ ਜਾਂਦਾ। ਜੇ ਸੁਪਨੇ ਚ ਆ ਜੇ ਭੂਤ ਪ੍ਰੇਤ, ਫਿਰ ਤੇ ਮੁੜ ਕੇ ਨੀਂਦਰ ਆਪਣੀ ਵੀ ਖਰਾਬ ਤੇ ਘਰਦਿਆਂ ਦੀ ਵੀ ਖਰਾਬ। ਸੁਪਨੇ ਅੰਦਰ ਬੜਾ ਕੁਝ ਵੇਖਣ ਨੂੰ ਮਿਲਦਾ। ਇੱਕ ਬੰਦਾ ਆ ਗਿਆ ਕਿਸੇ ਮਹਾਤਮਾ ਕੋਲ, ਕਹਿੰਦਾ ਮਹਾਤਮਾ ਜੀ ਬੜਾ ਪਰੇਸ਼ਾਨ ਹੈ। ਉਹ ਕਹਿੰਦੇ ਕੀ ਪਰੇਸ਼ਾਨੀ ਦੱਸ? ਕਹਿੰਦਾ ਸੁਪਨੇ ਬੜੇ ਆਉਂਦੇ ਆ। ਕਹਿੰਦਾ ਕੋਈ ਨਾ ਪੁਰਖਾ, ਅਰਦਾਸ ਕਰਦੇ ਹਾਂ ਤੈਨੂੰ ਸੁਪਨੇ ਨਹੀਂ ਆਉਣ। ਨਾ 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 ਨਾ, ਇਹ ਅਰਦਾਸ ਨਹੀਂ ਕਰਦੇ, ਅਰਦਾਸ ਕਰੋ ਵੀ ਸੁਪਨੇ ਆਉਣ। ਕਮਾ ਲਓ ਵੀ ਤੂੰ ਕਹਿੰਦਾ ਸੁਪਨੇ ਨੇ ਪਰੇਸ਼ਾਨ ਕੀਤਾ ਪਿਆ, ਤੇ ਫਿਰ ਤੂੰ ਕਹਿੰਦਾ ਵੀ ਸੁਪਨੇ ਆਉਣ। ਮੈਂ ਕਹਿੰਦਾ ਵੀ ਆਪਾਂ ਅਰਦਾਸ ਕਰਦੇ ਨਾ ਆਉਣ। ਕਹਿੰਦਾ ਤੈਨੂੰ ਸੁਪਨਾ ਕੀ ਆਉਂਦਾ? ਕਹਿੰਦਾ ਮਾਲਕ ਜੀ, ਮਹਾਤਮਾ ਜੀ, ਸੁਪਨੇ ਚ ਮੈਨੂੰ ਨਾ ਬਹੁਤ ਸਾਰੀ ਮਾਇਆ ਮਿਲ ਰਹੀ ਹੈ, ਜਦੋਂ ਮੈਂ ਇਕੱਠੀ ਕਰਨ ਲੱਗਦਾ ਨਾ ਮੇਰੀ ਅੱਖ ਖੁੱਲ ਜਾਂਦੀ ਹੈ। ਅਰਦਾਸ ਇਹ ਕਰੋ ਮੇਰੀ ਅੱਖ ਨਾ ਖੁੱਲੇ ਬਸ। ਉਹ ਕਹਿੰਦਾ ਦੌੜ ਜਾ, ਅਸੀਂ ਤੇ ਇੱਥੇ ਅੱਖਾਂ ਖੁੱਲਣ ਵਾਸਤੇ ਬੈਠੇ ਹਾਂ ਭਰਾਵਾ। ਮਾਲਕ ਕਹਿੰਦੇ ਅਸੀਂ ਸੁਪਨੇ ਚ ਬਹੁਤ ਸਾਰੀਆਂ ਚੀਜ਼ਾਂ ਵੇਖਦੇ ਹਾਂ, ਕਦੋਂ ਤੱਕ? ਜਦੋਂ ਤੱਕ ਸੁੱਤੇ ਹੋਏ। ਤੇ ਕਈ ਵਾਰੀ ਸੁਪਨੇ ਚ ਐਸਾ ਵੀ ਹੁੰਦਾ ਨਾ, ਧੱਕਾ ਵੱਜਦਾ ਬੰਦੇ ਨੂੰ, ਜਾਂ ਕਈ ਵਾਰ ਬੰਦੇ ਨੂੰ ਡਿੱਗ ਗਿਆ, ਬੰਦਾ ਉੱਠ ਕੇ ਵੇਖਦਾ ਮੈਂ ਤਾਂ ਮੰਜੇ ਤੇ ਠੀਕ ਠਾਕ ਹੁੰਦਾ ਨਾ। ਬਾਬੇ ਨੇ ਬਾਣੀ ਚ ਵਚਨ ਕੀਤਾ, ਨਰਪਤ ਏਕ ਸਿੰਘ ਆਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤਾ ਬਿਜਰ ਤੋਂ ਪਾਇਆ ਸੋਗਤ ਪਈ ਕਰਦਾ। ਰਾਜਾ ਸੀ, ਸਿੰਘਾਸਣ ਤੇ ਸੋ ਗਿਆ, ਅੱਖ ਲੱਗ ਗਈ, ਨੀਂਦ ਆ ਗਈ, ਸੁਪਨਾ ਵੇਖਦਾ ਵੀ ਮੈਂ ਮੰਗਤਾ ਬਣ ਗਿਆ। ਮੰਗਣ ਗਿਆ ਅਗਲੇ ਨੇ ਧੱਕਾ ਮਾਰਿਆ, ਜਾ ਆਟਾ ਕੱਟਿਆ ਤੂੰ ਕਮਾ ਕੇ ਨਹੀਂ ਖਾ ਸਕਦਾ, ਚੱਲ। ਧੱਕਾ ਵਜਿਆ, ਅੱਖ ਖੁੱਲ ਗਈ। ਕਹਿੰਦਾ ਹੈ, ਹੁਣ ਤੱਕ ਤਾਂ ਮੈਂ ਭੁਖਾਰੀ ਸੀ, ਪਰ ਕਹਿੰਦਾ ਸ਼ੁਕਰ ਹੈ ਸੁਪਨਾ ਹੈ। ਤੂੰ ਸੁਪਨੇ 'ਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਵੇਖਦੇ ਹਾਂ, ਜਦੋਂ ਤੱਕ ਸੁੱਤੇ ਹਾਂ ਉਹ ਨਜ਼ਰ ਆਉਂਦੀਆਂ ਨੇ, ਜਦੋਂ ਅੱਖ ਖੁੱਲਦੀ ਹੈ ਸਭ ਕੁਛ ਕਿੱਥੇ ਗਾਇਬ ਹੋ ਜਾਂਦਾ। ਔਰ ਸਾਧ ਸੰਗਤ, ਸੁਪਨੇ ਅੰਦਰ ਤੇ ਮੈਨੂੰ ਉਹ ਵੀ ਚੀਜ਼ਾਂ ਮਿਲਦੀਆਂ ਨੇ ਜਿਨ੍ਹਾਂ ਦੇ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਹੁੰਦਾ, ਉਹ ਵੀ ਮਿਲਦੀਆਂ।
ਮਾਲਕ ਕਹਿੰਦੇ ਜਿਵੇਂ ਸੁਪਨਾ ਵੇਖਦੇ ਹਾਂ ਨਾ ਬਿਲਕੁਲ ਸੱਚ ਨਜ਼ਰ ਆਉਂਦਾ, ਇਵੇਂ ਸੰਸਾਰ ਵੀ ਸੱਚ ਨਜ਼ਰ ਆਉਂਦਾ, ਪਰ ਹੈ ਇਹ ਸੁਪਨਾ। ਇਹ ਜਾਗਦਿਆਂ ਦਾ ਸੁਪਨਾ, ਉਹ ਸੁੱਤਿਆਂ ਦਾ ਸੁਪਨਾ। ਹੁਣ ਇਹ ਜਿਹੜਾ ਸੁਪਨਾ ਹੈ, ਸਾਡਾ ਮਨ ਮਾਇਆ 'ਚ ਸੁੱਤਾ ਹੋਇਆ, ਇਸ ਕਰਕੇ ਸੁਪਨੇ ਵੇਖ ਰਿਹਾ। ਪਾਤਸ਼ਾਹ ਕਹਿੰਦੇ ਨੇ ਹੁਣ ਵੇਖੋ ਇਸ ਸੁਪਨੇ 'ਚ ਕੌਣ ਕੌਣ ਭਟਕ ਰਿਹਾ। ਪਰਮੇ ਸੁਰਨਰ ਦੇਵੀ ਦੇਵਾ, ਮਾਲਕ ਨੇ ਸ੍ਰੇਸ਼ਟ ਮਨੁੱਖ, ਦੇਵੀਆਂ, ਦੇਵਤੇ ਇਹ ਵੀ ਭਰਮ 'ਚ ਪਏ ਹੋਏ ਨੇ ਵੀ ਸੰਸਾਰ ਸਦਾ ਹੈ, ਪਰ ਸੰਸਾਰ ਸਦਾ ਨਹੀਂ ਹੈ। ਭਰਮੇ ਸਿੱਧ ਸਾਧਕ ਬ੍ਰਹਮੇਵਾ, ਸਿੱਧ ਪੁਰਸ਼ ਜਿਹੜੇ ਨੇ ਸਾਧਨਾ ਕਰਨ ਵਾਲੇ ਬ੍ਰਹਮਾ ਆਦਿਕ, ਇਹ ਵੀ ਭਰਮ 'ਚ ਪਏ ਹੋਏ ਨੇ। ਇਸ ਤੋਂ ਅੱਗੇ ਪਾਤਸ਼ਾਹ ਨੇ ਬਚਨ ਕੀਤਾ, ਭਰਮ ਭਰਮ ਮਾਨ ਨੂੰ ਕਢਹਿ ਕਾਏ। ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਪੁਰਸ਼ ਕਹਿ ਪੁਰਸ਼ ਹੈ ਨਾ, ਜਿਹੜਾ ਭਟਕ ਰਿਹਾ ਸੁਪਨੇ 'ਚ, ਭਰਮ 'ਚ ਪੈ ਕੇ ਭਟਕ ਰਿਹਾ, ਹੁਣ ਹਨੇਰੇ 'ਚ ਕੀ ਮਿਲਣਾ ਤੁਹਾਨੂੰ? ਟੱਕਰਾਂ ਮਿਲਣੀਆਂ ਨੇ, ਅੰਧੇਰੇ 'ਚ ਠੋਕਰਾਂ ਮਿਲਣੀਆਂ ਨੇ। ਜੇ ਚਾਨਣਾ ਹੋਵੇ ਤਾਂ ਬੰਦਾ ਵੇਖੇ ਵੀ ਕਿੱਥੇ ਟਕਰਾਉਣਾ ਅਤੇ ਕਿੱਥੇ ਨਹੀਂ ਟਕਰਾਉਣਾ। ਤੋ ਸਤਿਗੁਰੂ ਨੇ ਬਚਨ ਕੀਤਾ ਕਿਸ ਤੋਂ ਅੱਗੇ, ਦੁੱਤਰ ਮਾਂ ਵਿਖਮ ਇਹ ਮਾਏ, ਇਹ ਜਿਹੜੀ ਮਾਇਆ ਹੈ ਨਾ ਵਿਖਮ, ਬੜੀ ਔਖੀ ਦੁੱਤਰ ਨਾ ਤਰੀ, ਜਾਂ ਇਹ ਜਿਹੜਾ ਸੰਸਾਰ ਮਾਇਆ ਦਾ ਜਿਹੜਾ ਭਿਆਨਕ ਸਾਗਰ ਹੈ, ਇਹਨੂੰ ਪਾਰ ਕਰਨਾ ਬੜਾ ਔਖਾ ਹੈ। ਫਿਰ ਸਤਿਗੁਰੂ ਪਾਤਸ਼ਾਹ ਹੁਣ ਕਿਵੇਂ ਇਹਨੂੰ ਪਾਰ ਕੀਤਾ ਜਾ ਸਕਦਾ ਅਤੇ ਕਿਵੇਂ ਭਰਮ 'ਚੋਂ ਨਿਕਲਿਆ ਜਾ ਸਕਦਾ? ਫਿਰ ਗੁਰੂ ਸਾਹਿਬ ਨੇ ਬਚਨ ਕੀਤਾ, ਗੁਰਮੁਖ ਭਰਮ ਪੈ ਮੋਹ ਮਿਟਾਇਆ। ਜਿਹੜਾ ਗੁਰੂ ਦੇ ਸਨਮੁਖ ਰਹਿ ਗਿਆ, ਉਹਨੇ ਆਪਣਾ ਭਰਮ ਵੀ ਦੂਰ ਕਰ ਲਿਆ, ਉਹਨੇ ਆਪਣੇ ਅੰਦਰੋਂ ਡਰ ਵੀ ਮਿਟਾ ਲਿਆ, ਉਹਨੇ ਆਪਣੀ ਅੰਦਰੋਂ ਮਾਇਆ ਦੀ ਜਿਹੜਾ ਮੋਹ ਹੈ ਨਾ, ਪਕੜ ਹੈ, ਉਹ ਵੀ ਛੱਡ ਦਿੱਤੀ। ਗੁਰੂ ਦੇ ਸਨਮੁਖ ਰਹਿ ਕੇ ਬਾਤ ਮੰਨਣੀ ਹੈ। ਨਾਨਕ ਨੇ ਪਰਮ ਸੁੱਖ ਪਾਇਆ, ਉਸ ਵਿਅਕਤੀ ਨੇ, ਉਸ ਸਤਸੰਗੀ ਨੇ ਪਰਮ ਸੁੱਖ ਦੀ ਪ੍ਰਾਪਤੀ ਕਰ ਲਈ, ਕਿਉਂਕਿ ਹੁਣ ਭਰਮ ਦਾ ਨਹੀਂ ਹੈ, ਉਹਨੂੰ ਕੋਈ ਭਟਕਾ ਹੀ ਨਹੀਂ ਸਕਦਾ। ਜਿਵੇਂ ਨਾ ਕਈ ਵਾਰ ਨਿਆਣੇ ਆਪਣੇ ਬਾਪ ਦੇ ਨਾਲ ਗੱਲਬਾਤ ਕਰਦੇ ਵੀ ਉਹ ਸਿਆਣੇ ਬਣਦੇ ਬਾਪੂ ਤੋਂ, ਤੇ ਬਾਪੂ ਕਹਿੰਦਾ ਕੋਈ ਨਾ ਪੁੱਤਰ, ਮੈਂ ਵੀ ਤੇਰਾ ਪਿਓ ਹਾਂ, ਤੇਰੀਆਂ ਗੱਲਾਂ 'ਚ ਮੈਂ ਆਉਂਦਾ ਨਹੀਂ, ਚਿੰਤਾ ਨਾ ਕਰ। ਠੀਕ ਐਸੇ ਢੰਗ ਨਾਲ ਜਿਹੜੇ ਉਸ ਮਾਲਕ ਦੇ ਚਰਨਾਂ ਦੇ ਨਾਲ, ਉਪਦੇਸ਼ ਦੇ ਨਾਲ, ਸਿੱਖਿਆ ਦੇ ਨਾਲ ਜੁੜ ਜਾਂਦੇ ਨੇ, ਉਹ ਪਰਮਾਂ ਵਿੱਚ ਨਹੀਂ ਪੈਂਦੇ। ਪਰ ਸਾਨੂੰ ਸਤਸੰਗਤ ਜੀ ਪਰਮ 'ਚ ਪਾਉਣ ਵਾਲੇ ਬਹੁਤ ਮਿਲਣਗੇ, ਪਰ ਭਰਮ 'ਚੋਂ ਕੱਢਣ ਵਾਲੇ ਤੁਹਾਨੂੰ ਵਿਰਲੇ ਮਿਲਣਗੇ। ਇਸ ਕਰਕੇ ਕੋਸ਼ਿਸ਼ ਕਰੋ ਭਰਮ 'ਚੋਂ ਨਿਕਲਣ ਦੀ, ਭਰਮ ਨੂੰ ਆਪਣੇ ਅੰਦਰੋਂ ਖਤਮ ਕਰਨ ਦੀ, ਅਤੇ ਭਰਮ ਨੂੰ ਮਿਟਾਉਣ ਦੇ ਵਾਸਤੇ ਜ਼ਰੂਰੀ ਹੈ ਗੁਰਬਾਣੀ ਦਾ ਸਾਡੇ ਕੋਲ ਗਿਆਨ ਹੋਵੇ, ਅਤੇ ਗੁਰਬਾਣੀ ਗਿਆਨ ਦੀ ਪ੍ਰਾਪਤੀ ਵਾਸਤੇ ਜਿੱਥੇ ਬਾਣੀ ਅਸੀਂ ਪੜ੍ਹਦੇ ਹਾਂ, ਉੱਥੇ ਪੜ੍ਹਨ ਦੇ ਨਾਲ ਨਾਲ ਥੋੜ੍ਹਾ ਥੋੜ੍ਹਾ ਸਮਾਂ ਕੱਢ ਕੇ ਬਾਣੀ ਦੀ ਵਿਚਾਰ ਵੀ ਕਰਿਆ ਕਰੀਏ। ਉਸ ਵਿਚਾਰ ਦੇ ਵਿੱਚੋਂ ਫਿਰ ਸਾਡਾ ਆਚਾਰ ਜਿਹੜਾ, ਆਚਰਣ ਜਿਹੜਾ ਸਾਡਾ ਉੱਚਾ ਚੁੱਕਿਆ ਜਾ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਡੇ ਸਾਰਿਆਂ 'ਤੇ ਮਿਹਰ ਕਰਨ, ਸਾਨੂੰ ਆਪਣੇ ਉਪਦੇਸ਼ ਦਾ ਪੱਲਾ ਪਕੜਾਉਣ, ਪਰ ਅਸੀਂ ਗੁਰੂ ਉਪਦੇਸ਼ ਦਾ ਪੱਲਾ ਪਕੜ ਕੇ ਆਪਣਾ ਜੀਵਨ ਸਵਾਰਨ ਵਾਲੇ ਬਣ ਸਕੀਏ। ਹੋਈਆਂ ਭੁੱਲਾਂ ਦੀ ਮਾਫੀ ਨਾਲ ਬਖਸ਼ੋ, ਸੀਸ ਫੁਲਾਓ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।